ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਕਿਰਪਾ ਦੇ ਸਦਕਾ ਪਿਛਲਿਆਂ ਦਿਨਾਂ ਤੋਂ ਆਪਾਂ ਅੰਮ੍ਰਿਤ ਰੂਪ ਗੁਰਬਾਣੀ ਸੁਖਮਨੀ ਸਾਹਿਬ ਜੀ ਦਾ ਸੰਥਿਆ ਸਹਿਤ ਪਾਠ ਕਰ ਰਹੇ ਹਾਂ। ਸ਼ੁੱਧ ਪਾਠ ਬੋਧ ਸਮਾਗਮ ਜੋ ਆਰੰਭ ਹੋਇਆ, ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਅਦੁੱਤੀ ਜੀਵਨ ਦੀਆਂ ਮਹਾਨ ਕੁਰਬਾਨੀਆਂ, ਜਿਨ੍ਹਾਂ ਦਿਨਾਂ ਦੀ ਆਰੰਭਤਾ ਹੋ ਚੁੱਕੀ ਹੈ, ਅਨੰਦਪੁਰ ਸਾਹਿਬ ਦੇ ਕਿਲ੍ਹੇ ਦਾ ਛੱਡਣਾ, ਸਰਸਾ ਨਦੀ ਕਿਨਾਰੇ ਦਾ ਜੰਗ, ਪਰਿਵਾਰ ਵਿਛੋੜਾ, ਸਾਹਿਬਜ਼ਾਦਿਆਂ ਔਰ ਮਾਤਾ ਜੀ ਦੀਆਂ ਸ਼ਹਾਦਤਾਂ, ਉਹਨਾਂ ਮਹਾਨ ਸ਼ਹੀਦੀ ਸਾਕਿਆਂ ਨੂੰ ਸਮਰਪਿਤ ਇਹ ਵਿਸ਼ੇਸ਼ ਸਮਾਗਮ ਚੱਲ ਰਹੇ ਨੇ ਅਤੇ ਨਾਲ ਹੀ ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਖ ਤਤ ਬੇਤੇ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਪਾਵਨ ਯਾਦ ਨੂੰ ਵੀ ਇਹ ਸਮਾਗਮ ਸਮਰਪਿਤ ਹਨ, ਜੋ ਸੁਖਮਨੀ ਸਾਹਿਬ ਜੀ ਦੇ ਪਾਠ ਬੋਧ ਸਮਾਗਮ ਆਰੰਭ ਹੋਏ। ਸਤਿਗੁਰੂ ਕੀ ਮਿਹਰ ਦੇ ਨਾਲ ਕੱਲ੍ਹ ਤੱਕ ਸੰਗਤਾਂ ਨੇ 22 ਅਸ਼ਟਪਦੀਆਂ ਦੇ ਤੱਕ ਅੰਮ੍ਰਿਤ ਰੂਪ ਗੁਰਬਾਣੀ ਦਾ ਸੰਥਿਆ ਰੂਪ ਪਾਠ ਸਰਵਣ ਕੀਤਾ ਹੈ। ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਕੁਝ ਦੂਰੀ ਦੇ ਉੱਪਰ ਰਾਮਸਰ ਅਸਥਾਨ ਤੀਰਥ ਸਰੋਵਰ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਲਗਵਾਇਆ ਅਤੇ ਉਸ ਦੇ ਕਿਨਾਰੇ ਉਹ ਬੇਰੀ ਅੱਜ ਤੱਕ ਮੌਜੂਦ ਹੈ, ਜਿਸ ਦੇ ਹੇਠਾਂ ਬੈਠਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦਾ ਉਚਾਰਨ ਕੀਤਾ ਹੈ। ਅਤੇ ਇਸ ਸੁਖਮਨੀ ਸਾਹਿਬ ਜੀ ਦਾ ਆਸ਼ਾ ਕੀ ਹੈ, ਇਹਦਾ ਸਬਜੈਕਟ ਕੀ ਹੈ, ਵਿਸ਼ਾ ਵਸਤੂ ਕੀ ਹੈ, ਉਹ ਰਹਾਉ ਦੀ ਪੰਗਤੀ ਵਿੱਚ ਹਜ਼ੂਰ ਨੇ ਉਚਾਰਿਆ ਕਿ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਸੁਖਮਨੀ ਸਾਹਿਬ ਦਾ ਵਿਸ਼ਾ ਵਸਤੂ ਇਹ ਹੈ ਕਿ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਜਪਣ ਦੇ ਨਾਲ ਸੱਚੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇਹ ਬਾਣੀ ਸੁੱਖਾਂ ਦੀ ਮਣੀ ਹੈ, ਸੁੱਖਾਂ ਦਾ ਖਜ਼ਾਨਾ ਹੈ, ਮਨ ਨੂੰ ਮਣਾ ਮੂੰਹੀ ਸੁੱਖ ਦੇਣ ਵਾਲੀ ਹੈ। ਇਉਂ ਨਾਮ ਜਪਣ ਤੋਂ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਇਹ ਇਸ ਬਾਣੀ ਵਿੱਚੋਂ ਸਿਧਾਂਤ ਪ੍ਰਾਪਤ ਹੁੰਦਾ ਹੈ। ਅਤੇ ਉਹ ਨਾਮ ਵਾਹਿਗੁਰੂ ਦੀ ਭਗਤੀ ਕਰਨ ਵਾਲੇ ਭਗਤ ਜਨਾਂ ਦੇ ਮਨ ਵਿੱਚ ਵੱਸਦਾ ਹੈ। ਜਿਵੇਂ ਕਿ ਪਹਿਲੇ ਦਿਨ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਸਤਿਗੁਰੂ ਜੀ ਨੇ ਬੜੇ ਨਿਯਮਬੱਧ ਤਰੀਕੇ ਦੇ ਨਾਲ ਇਸ ਬਾਣੀ ਦਾ ਉਚਾਰਨ ਕੀਤਾ, 24 ਸਲੋਕ ਉਚਾਰਨ ਕੀਤੇ ਔਰ ਇਉਂ ਇੱਕ ਇੱਕ ਸਲੋਕ ਦੇ ਨਾਲ ਇੱਕ ਇੱਕ ਅਸ਼ਟਪਦੀ। ਕਿਉਂਕਿ ਜੇ ਅੱਜ ਕੱਲ੍ਹ ਦੇ ਸਮੇਂ ਮੁਤਾਬਕ ਚੱਲੀਏ ਤਾਂ 8 ਪਹਿਰ ਜਿਹੜੇ ਪ੍ਰਾਤਨ ਚੱਲਦੇ ਆਉਂਦੇ ਨੇ, 1 ਘੰਟੇ ਦਾ ਵਾਹਿਗੁਰੂ, 3 ਘੰਟੇ ਦਾ 1 ਪਹਿਰ ਹੁੰਦਾ ਹੈ ਅਤੇ 8 ਤੇ ਜਾਂ 24 ਘੰਟੇ ਜਿਹੜੇ ਨੇ ਦਿਨ ਰਾਤ ਦੇ ਬਣਦੇ ਨੇ, ਇਹ ਆਪਾਂ ਸਾਰੇ ਜਾਣਦੇ ਹਾਂ। ਸੋ ਇਸ ਪ੍ਰਕਾਰ ਮਹਾਰਾਜ ਜੀ ਨੇ 24 ਘੰਟਿਆਂ ਭਾਵ 8 ਪਹਿਰਾਂ ਦਾ ਹੀ ਇਹ ਪਾਵਨ ਮਹੱਤਮ ਉਪਦੇਸ਼ ਅੰਮ੍ਰਿਤ ਰੂਪ ਬਾਣੀ ਸੁਖਮਨੀ ਸਾਹਿਬ ਵਿੱਚ ਬਖਸ਼ਿਆ ਹੈ। ਜੋ ਭਾਵ ਅਰਥ ਜੋ ਸਿਧਾਂਤ ਸਲੋਕ ਦੇ ਵਿੱਚ ਰੱਖਿਆ, ਉਸੇ ਸਿਧਾਂਤ ਦੀ ਵਿਆਖਿਆ ਸਤਿਗੁਰੂ ਜੀ ਨੇ ਪੂਰੀ ਅਸ਼ਟਪਦੀ ਦੇ ਵਿੱਚ ਕੀਤੀ ਹੈ। ਪਹਿਲਾ ਸਲੋਕ, ਸਤਿਗੁਰੂ ਸੱਚੇ ਪਾਤਸ਼ਾਹ ਚੌਹਾਂ ਸਤਿਗੁਰਾਂ ਦਾ ਮੰਗਲ ਗੁਰੂ ਕੀ ਸਿਫਤ ਸਲਾਹ ਅਤੇ ਚੌਹਾਂ ਸਤਿਗੁਰੂ ਸਾਹਿਬਾਨ ਦਾ ਇੱਕੋ ਇੱਕ ਜੋ ਨਿਰਗੁਣ ਰੂਪ ਹੈ, ਜਿਸ ਦੇ ਬਾਰੇ ਰਾਏ ਸੱਤਾ ਬਲਵੰਡ ਜੀ ਕਹਿੰਦੇ ਨੇ, ਜੋਤ ਉਹਾ ਜੁਗਤ ਸਾਇ ਸਹਿਕਾਇਆ ਫੇਰ ਪਲਟੀਐ। ਉਹ ਜਿਹੜਾ ਨਿਰਗੁਣ ਸਰੂਪ ਵਾਸਤਵ ਸਰੂਪ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਉਸ ਦਾ ਮੰਗਲ ਕੀਤਾ ਕਿ ਸਾਰਿਆਂ ਦਾ ਆਦਿ ਮੁੱਢ ਰੂਪ ਜੋ ਪੂਜਨੀਕ ਵਾਹਿਗੁਰੂ ਹੈ ਉਸਦੇ ਤਾਂ ਹੀ ਨਮਸਕਾਰ ਹੈ, ਜੋ ਜੁਗਾਂ ਦਾ ਆਦਿ ਆਰੰਭ ਕਰਨ ਵਾਲਾ, ਜੁਗਾਂ ਦੀ ਰਚਨਾ ਸੰਸਾਰ ਦੀ ਰਚਨਾ ਕਰਨ ਵਾਲਾ ਵਾਹਿਗੁਰੂ ਚੇਤਨ ਰੂਪ ਉਸਦੇ ਅੱਗੇ ਨਮਸਕਾਰ ਹੈ, ਸਤ ਚੇਤਨ ਰੂਪ ਅਕਾਲ ਪੁਰਖ ਵਾਹਿਗੁਰੂ ਅੱਗੇ ਨਮਸਕਾਰ ਹੈ ਅਤੇ ਇਸੇ ਤਰ੍ਹਾਂ ਗੁਰਪੂਜਨੀਕ ਦੇਵ ਪ੍ਰਕਾਸ਼ ਰੂਪ ਵਾਹਿਗੁਰੂ ਅੱਗੇ ਨਮਸਕਾਰ ਹੈ।
ਅਤੇ ਉਹ ਪਰਮਾਤਮਾ ਜਿਸ ਦੇ ਅੱਗੇ ਨਮਸਕਾਰਾਂ ਹਨ ਉਸ ਦੀ ਪ੍ਰਾਪਤੀ ਉਸ ਦਾ ਸਿਮਰਨ ਕਰਕੇ ਹੁੰਦੀ ਹੈ। ਇਹ ਪਹਿਲੀ ਅਸ਼ਟਪਦੀ ਵਿੱਚ ਸਤਿਗੁਰੂ ਗਰੀਬ ਨਿਵਾਸ ਜੀ ਨੇ ਸਾਨੂੰ ਸਿਧਾਂਤ ਬਖਸ਼ਿਆ ਹੈ। ਸਿਮਰਨ ਦੀ ਆਗਿਆ ਕੀਤੀ ਹੈ, ਸਿਮਰਨ ਦਾ ਮਹੱਤਵ ਦਰਸਾਇਆ ਹੈ। ਸਿਮਰਨ ਤੋਂ ਪ੍ਰਾਪਤ ਹੋਣ ਵਾਲੇ ਲੋਕ ਪ੍ਰਲੋਕ ਦੇ ਲਾਭ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੇ ਨੇ। ਇਹ ਪਹਿਲੀ ਅਸ਼ਟਪਦੀ ਦਾ ਸਿਧਾਂਤ ਰੱਖਿਆ ਹੈ। ਦੂਸਰੀ ਅਸ਼ਟਪਦੀ ਦੇ ਵਿੱਚ ਸਲੋਕ ਪਹਿਲਾਂ ਜਿਹੜਾ ਉਚਾਰਨ ਕੀਤਾ ਹੈ ਬੇਨਤੀ ਰੂਪ, ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ, ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਹੇ ਦੀਨਾਂ ਲਾਚਾਰਾਂ ਬੇਵੱਸ ਜੀਵਾਂ ਦੇ ਦਰਦਾਂ ਅਤੇ ਦੁੱਖਾਂ ਨੂੰ ਭੰਨਣ ਵਾਲੇ, ਨਾਸ ਕਰਨ ਵਾਲੇ ਵਾਹਿਗੁਰੂ, ਔਰ ਅਨਾਥਾਂ ਦੇ ਨਾਥ ਘਟ ਘਟ ਵਿੱਚ ਵੱਸਣ ਵਾਲੇ ਵਾਹਿਗੁਰੂ, ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਕਿਉਂਕਿ ਜੋ ਆਪ ਜੀ ਦੀ ਸ਼ਰਨ ਵਿੱਚ ਆਵੇ ਉਹਦੇ ਆਪ ਜੀ ਸਦਾ ਹੀ ਸਾਥ ਹੁੰਦੇ ਹੋ, ਸਦਾ ਅੰਗ ਸੰਗ ਹੁੰਦੇ ਹੋ, ਅਤੇ ਉਹ ਪਰਮਾਤਮਾ ਦਾ ਜਿਹੜਾ ਸਦਾ ਅੰਗ ਸੰਗ ਰਹਿਣ ਵਾਲਾ ਮਹਾਨ ਗੁਣ ਹੈ, ਮਹਾਨ ਬਖਸ਼ਿਸ਼ ਹੈ, ਉਹਦਾ ਵਰਣਨ ਸਤਿਗੁਰੂ ਨੇ ਅਸ਼ਟਪਦੀ ਦੀਆਂ ਪੰਗਤੀਆਂ ਦੇ ਅੰਦਰ ਕੀਤਾ ਹੈ ਕਿ ਜਿੱਥੇ ਕੋਈ ਵੀ ਮਦਦਗਾਰ ਨਹੀਂ ਉੱਥੇ ਉਹ ਅਕਾਲ ਪੁਰਖ ਵਾਹਿਗੁਰੂ ਸਦਾ ਸੰਗ ਸਹਾਇਕ ਹੈ, ਜੇ ਉਸ ਪਰਮਾਤਮਾ ਦਾ ਨਾਮ ਜਪਿਆ ਜਾਵੇ ਤਾਂ। ਹੁਣ ਇੱਥੇ ਸਵਾਲ ਪੈਦਾ ਹੁੰਦਾ ਕਿ ਕੀ ਵਾਹਿਗੁਰੂ ਦਾ ਨਾਮ ਹੀ ਮਦਦ ਕਰਨ ਵਾਲਾ ਹੈ? ਦੁਨੀਆਂ 'ਤੇ ਹੋਰ ਵੀ ਬੜੇ ਕਰਮ ਧਰਮ ਵੇਦਾਂ ਸ਼ਾਸਤਰਾਂ ਦੇ ਮੁਤਾਬਕ ਕਹੇ ਜਾਂਦੇ ਨੇ ਕਿ ਉਹਨਾਂ ਦਾ ਕੋਈ ਲਾਭ ਕੋਈ ਫਲ ਪ੍ਰਾਪਤ ਹੁੰਦਾ ਕਿ ਨਹੀਂ, ਉਹਨਾਂ ਕਰਕੇ ਕੋਈ ਸਹਾਇਤਾ ਹੋਵੇਗੀ ਕਿ ਨਹੀਂ। ਤਾਂ ਸਤਿਗੁਰੂ ਅੱਗੇ ਤੀਸਰੀ ਅਸ਼ਟਪਦੀ ਉਚਾਰਨ ਕਰਦੇ ਨੇ ਜਿਸ ਦੇ ਸਲੋਕ ਵਿੱਚ ਸਿਧਾਂਤ ਬਖਸ਼ਿਆ ਹੈ ਕਿ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬਟ ਢੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਕੋਈ ਇਹ 6 ਸ਼ਾਸਤਰ ਅਤੇ 27 ਸਿਮਰਤੀਆਂ ਤਾਂ ਕੀ, ਬਥੇਰੇ ਸ਼ਾਸਤਰ ਅਤੇ ਬਥੇਰੀਆਂ ਸਿਮਰਤੀਆਂ, ਬੜੇ ਧਾਰਮਿਕ ਗ੍ਰੰਥ ਜਿਹੜੇ ਨੇ ਖੋਜ ਖੋਜ ਕੇ ਵੇਖ ਲਏ, ਉਹਨਾਂ ਦੇ ਸਿਧਾਂਤਾਂ ਦਾ ਅਧਿਐਨ ਕਰ ਕਰਕੇ ਵੇਖ ਲਿਆ, ਉਹਨਾਂ ਵਿੱਚ ਦੱਸੇ ਹੋਏ ਜਿਹੜੇ ਕੋਈ ਧਰਮ ਕਰਮ ਨੇ, ਕਰਮ ਕਾਂਡ ਨੇ, ਉਹਨਾਂ ਵੱਲ ਵੀ ਨਿਗਾਹ ਮਾਰ ਮਾਰ ਕੇ ਤੱਕ ਲਿਆ, ਪਰ ਵਾਹਿਗੁਰੂ ਦੇ ਨਾਮ ਦੇ ਬਰਾਬਰ ਕੁਝ ਵੀ ਨਹੀਂ ਪੁੱਜਦਾ। ਵਾਹਿਗੁਰੂ ਦਾ ਨਾਮ ਅਮੋਲਕ ਹੈ। ਇਉਂ ਇਸ ਤੀਸਰੀ ਅਸ਼ਟਪਦੀ ਦੇ ਵਿੱਚ ਵੱਖੋ ਵੱਖਰੇ ਕਰਮ ਧਰਮ ਗਿਣ ਗਿਣ ਕੇ ਉਹਨਾਂ ਸਾਰਿਆਂ ਨਾਲੋਂ ਪਰਮਾਤਮਾ ਦੇ ਨਾਮ ਦੀ ਮਹਾਨਤਾ ਸਤਿਗੁਰਾਂ ਨੇ ਦਰਸਾਈ ਹੈ। ਇਹ ਉਪਦੇਸ਼ ਦਿੱਤਾ ਕਿ ਨਾਮ ਵੀ ਹੋਣੇ ਜਿਹੜੇ ਕਰਮ ਧਰਮ ਨੇ ਉਹਨਾਂ ਦਾ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ। ਸਾਰੇ ਕਰਮਾਂ ਧਰਮਾਂ ਤੋਂ ਸਭ ਤੋਂ ਉੱਪਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਨਾਮ ਤੋਲ ਕਾਸ਼ ਅਵਰ ਨਾ ਹੋਏ, ਨਾਮ ਦੇ ਬਰਾਬਰ ਕੁਝ ਵੀ ਨਹੀਂ। ਇਸ ਲਈ ਵਾਹਿਗੁਰੂ ਦੇ ਨਾਮ ਦਾ ਹੀ ਭਾਈ ਸਦਾ ਸਦਾ ਵਾਸਤੇ ਸਹਾਰਾ ਲਈਏ। ਸਗਲ ਥਾਨ 'ਤੇ ਉਹ ਊਤਮ ਥਾਨ, ਨਾਨਕ ਜਿਹੇ ਕਟ ਬਸੈ ਹਰ ਨਾਮ। ਇਉਂ ਨਾਮ ਦੀ ਸਭ ਨਾਲੋਂ ਵੱਡੀ ਮਹਾਨਤਾ ਹੈ। ਚੌਥੀ ਅਸ਼ਟਪਦੀ ਵਿੱਚ ਉਸ ਪਰਮਾਤਮਾ ਦੇ ਜੋ ਸਾਡੇ ਉੱਪਰ ਉਪਕਾਰ ਹਨ, ਉਸ ਦੇ ਉਪਕਾਰਾਂ ਨੂੰ ਚੇਤੇ ਕਰਾਉਂਦਿਆਂ ਹੋਇਆਂ ਕਿ ਵੇਖ ਭਾਈ ਵਾਹਿਗੁਰੂ ਨੇ ਤੇਰੇ 'ਤੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ, ਕਿੰਨੀਆਂ ਰਹਿਮਤਾਂ ਕੀਤੀਆਂ, ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਜੋ ਹੁਣ ਵੀ ਤੈਨੂੰ ਇੰਨੇ ਪਦਾਰਥ ਜਿਹੜਾ ਉਹ ਦੇ ਰਿਹਾ, ਅੰਤ ਨੂੰ ਵੀ ਉਸੇ ਨੇ ਨਾਲ ਨਿਭਣਾ ਹੈ। ਉਸ ਬੇਅੰਤ ਬਖਸ਼ਿਸ਼ਾਂ ਦੇ ਭੰਡਾਰ, ਬੇਅੰਤ ਵਸਤੂਆਂ ਦੇ ਦਾਤੇ, ਬੇਅੰਤ ਉਪਕਾਰ ਕਰਨ ਵਾਲੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਚੇਤੇ ਰੱਖ, ਸਦਾ ਉਸ ਦੀ ਯਾਦ ਵਿੱਚ ਜੁੜਿਆ ਰਹੋ। ਇਉਂ ਗੁਰੂ ਗਰੀਬ ਨਿਵਾਸ ਜੀ ਨੇ ਇਸ ਚੌਥੀ ਅਸ਼ਟਪਦੀ ਦੇ ਵਿੱਚ ਵਾਹਿਗੁਰੂ ਦੇ ਉਪਕਾਰ ਚੇਤੇ ਕਰਾਉਂਦਿਆਂ ਹੋਇਆਂ ਸਾਨੂੰ ਉਸ ਪਰਮਾਤਮਾ ਦੇ ਨਾਮ ਨਾਲ ਜੁੜਨ ਦੀ ਜਿੱਥੇ ਤਾਕੀਦ ਕੀਤੀ ਹੈ, ਅਤੇ ਉੱਥੇ ਨਾਲ ਹੀ ਜੋ ਦਿਖਾਵੇ ਦੇ ਕਰਮ ਨੇ ਉਹਨਾਂ ਤੋਂ ਦੂਰ ਰਹਿ ਕੇ ਸੱਚੇ ਮਨੋਂ ਵਾਹਿਗੁਰੂ ਦੀ ਬੰਦਗੀ ਕਰਨ ਦੇ ਵਾਸਤੇ ਪ੍ਰੇਰਿਆ ਹੈ, ਅਤੇ ਅਖੀਰਲੀ ਪੌੜੀ ਵਿੱਚ ਫਿਰ ਅਰਦਾਸ ਬੇਨਤੀ ਕਰਨ ਦੀ ਇਹ ਜਾਚ ਸਿਖਾਈ ਹੈ, ਤਾਕੀਦ ਕੀਤੀ ਹੈ ਕਿ ਉਸ ਦੇ ਅੱਗੇ ਬੇਨਤੀਆਂ ਕਰਨ ਦੇ ਨਾਲ ਹੀ ਭਾਈ ਉਸ ਦੀ ਪ੍ਰਸੰਨਤਾ ਅਤੇ ਉਸ ਦੀ ਰਹਿਮਤ ਪ੍ਰਾਪਤ ਹੋਣੀ ਹੈ। ਹੁਣ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਜਿਹੜੇ ਕੇਵਲ ਅਤੇ ਕੇਵਲ ਦੁਨਿਆਵੀ ਪ੍ਰਯੋਜਨਾ ਦੇ ਵਿੱਚ ਹੀ ਲੱਗੇ ਹੋਏ ਨੇ, ਦੁਨੀਆਦਾਰੀ ਵਿੱਚ ਹੀ ਗ੍ਰਸੇ ਹੋਏ ਨੇ, ਕੋਈ ਧਨ ਦੌਲਤ ਕਰਕੇ, ਕੋਈ ਸੰਬੰਧੀਆਂ ਕਰਕੇ, ਕੋਈ ਰਾਜ ਭਾਗ ਕਰਕੇ, ਕੋਈ ਚੌਧਰਾਂ ਕਰਕੇ, ਕੋਈ ਕਿਸੇ ਤਰ੍ਹਾਂ ਆਪਣਾ ਭਲਾ ਮੰਨੀ ਬੈਠਾ ਹੈ, ਪੰਜਵੀਂ ਅਸ਼ਟਪਦੀ ਵਿੱਚ ਉਹਨਾਂ ਸਭ ਚੀਜ਼ਾਂ ਦੀ ਸਤਿਗੁਰਾਂ ਨਿਖੇਧੀ ਕੀਤੀ ਹੈ। ਇਹ ਦਰਸਾਇਆ ਕਿ ਉਸ ਦੇਣ ਹਾਰੇ ਪਰਮਾਤਮਾ ਨੂੰ ਛੱਡ ਕੇ ਜ਼ਿੰਦਗੀ ਵਿੱਚ ਜਿਹੜਾ ਹੋਰ ਪ੍ਰਯੋਜਨਾ ਦੇ ਵਿੱਚ ਲੱਗਾ ਰਹਿੰਦਾ ਹੈ, ਕਦੇ ਵੀ ਉਹਦਾ ਜੀਵਨ ਸਫਲ ਨਹੀਂ ਹੋ ਸਕਦਾ। ਨਾਮ ਜਪਣ ਤੋਂ ਬਿਨਾਂ ਪਤ ਇਹਦੀ ਨਹੀਂ ਰਹੇਗੀ, ਲੋਕ ਪ੍ਰਲੋਕ ਵਿੱਚ ਪਤ ਚਲੀ ਜਾਵੇਗੀ, ਖੁਆਰ ਹੋਵੇਗੀ।
ਸੋ ਇਸ ਪ੍ਰਕਾਰ ਇਹ ਜਿਹੜਾ ਸਲੋਕ ਵਿੱਚ ਉਪਦੇਸ਼ ਦਿੱਤਾ ਹੈ ਇਹਦੀ ਵਿਆਖਿਆ ਕਰਦਿਆਂ ਹੋਇਆਂ ਹੀ ਜਿੰਨੇ ਸੰਸਾਰ ਦੇ ਪਦਾਰਥ ਨੇ, ਧਨ ਦੌਲਤ ਹੈ, ਜ਼ਮੀਨਾਂ ਜਾਇਦਾਦਾਂ ਨੇ, ਸੰਬੰਧੀ ਨੇ, ਦੁਨੀਆਂ ਦੇ ਸੁੱਖ ਨੇ, ਉਹਨਾਂ ਸਾਰਿਆਂ ਨੂੰ ਨਾਸਵੰਤ ਦਰਸਾ ਕੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੋੜਨ ਦੀ ਪ੍ਰੇਰਣਾ ਦਿੱਤੀ ਹੈ। ਛੇਵੀਂ ਅਸ਼ਟਪਦੀ ਵਿੱਚ ਵਾਹਿਗੁਰੂ ਦੇ ਅਨੇਕਾਂ ਉਪਕਾਰ ਫਿਰ ਸਤਿਗੁਰੂ ਜੀ ਗਿਣਾਉਂਦੇ ਨੇ, ਜਿਸ ਦੀ ਕਿਰਪਾ ਨਾਲ ਤੂੰ ਸਾਰੇ ਸੁੱਖ ਮਾਣਦੈਂ, ਜਿਸ ਦੀ ਕਿਰਪਾ ਨਾਲ ਘਰ ਵਿੱਚ ਸੁੱਖ ਵੱਸਦੈਂ, ਜਿਸ ਦੀ ਕਿਰਪਾ ਨਾਲ ਧਨ ਦੌਲਤ ਹੈ, ਜਿਸ ਦੀ ਕਿਰਪਾ ਨਾਲ ਜੀਵਨ ਹੈ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਸਦਾ ਵਸਾ ਕੇ ਰੱਖ, ਸਦਾ ਉਸ ਪਰਮਾਤਮਾ ਦਾ ਸ਼ੁਕਰ ਅਦਾ ਕਰਿਆ ਕਰ, ਸਦਾ ਉਸ ਵਾਹਿਗੁਰੂ ਨੂੰ ਆਪਣੇ ਚਿੱਤ ਵਿੱਚ ਰੱਖ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜਨਾ ਕਰ। ਅਤੇ ਨਾਲ ਇਹ ਵੀ ਦਰਸਾਇਆ ਕਿ ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਉਹ ਆਪ ਹੀ ਕਿਰਪਾ ਕਰਕੇ ਨਾਮ ਜਪਾਵੇ ਤਾਂ ਜਪਿਆ ਜਾਂਦਾ, ਆਪ ਹੀ ਕਿਰਪਾ ਕਰਕੇ ਆਪਣੇ ਗੁਣ ਗਾਉਣ ਦਾ ਬਲ ਬਖਸ਼ਿਸ਼ ਕਰੇ ਤਾਂ ਗੁਣ ਗਾਏ ਜਾਂਦੇ ਨੇ। ਅਤੇ ਇਸ ਕਰਕੇ ਇਹ ਅਰਦਾਸ ਬੇਨਤੀ ਵਾਹਿਗੁਰੂ ਦੇ ਦਰ 'ਤੇ ਨਿੱਤ ਕਰਨੀ ਹੈ ਕਿ ਜਿਤ ਜਿਤ ਲਾਵਹੋ ਤਿਤ ਲਗਹਿ ਹਰਨਾਥ, ਨਾਨਕ ਇਨ ਕੈ ਕਛੂ ਨਾ ਹਾਥ। ਵਾਹਿਗੁਰੂ ਦੁਨਿਆਵੀ ਜੀਵ ਜਿੱਧਰ ਜਿੱਧਰ ਤੁਸੀਂ ਲਾਓ ਉੱਧਰ ਉੱਧਰ ਲੱਗਦੇ ਨੇ, ਇਹਨਾਂ ਦੇ ਆਪਣੇ ਹੱਥ ਕੁਝ ਨਹੀਂ। ਇਹਦਾ ਭਾਵ ਆਪਣੇ ਆਪ ਤੋਂ ਵੀ ਹੈ ਕਿ ਮਹਾਰਾਜ ਤੁਸੀਂ ਹੀ ਕਿਰਪਾ ਕਰਕੇ ਮੇਰੇ ਕੋਲੋਂ ਨਾਮ ਜਪਾ ਲਓ, ਮੇਰੇ ਕੋਲੋਂ ਆਪ ਜੀ ਦੇ ਗੁਣ ਆਪ ਹੀ ਕਿਰਪਾ ਕਰਕੇ ਗਾਉਣ ਦਾ ਮੈਨੂੰ ਬਲ ਬਖਸ਼ਿਸ਼ ਕਰੋ, ਮੇਰੇ ਕੋਲੋਂ ਸੇਵਾ ਲੈ ਲਵੋ। ਇਹ ਅਰਦਾਸ ਬੇਨਤੀ ਗੁਰੂ ਕੇ ਚਰਨਾਂ ਵਿੱਚ ਕਰਨੀ ਹੈ। ਨਾਮ ਜਪਿਆ ਜਾਂਦਾ ਹੈ, ਨਾਮ ਜਪਣ ਦਾ ਚਾਅ ਪੈਦਾ ਹੁੰਦਾ ਹੈ, ਸੇਵਾ ਵਿੱਚ ਰੁਚੀ ਜੁੜਦੀ ਹੈ ਗੁਰੂ ਪਿਆਰਿਆਂ ਦੀ ਸੰਗਤ ਕਰਨ ਕਰਕੇ। ਇਸ ਲਈ ਸਤਿਗੁਰੂ ਜੀ ਨੇ ਸੱਤਵੀਂ ਅਸ਼ਟਪਦੀ ਵਿੱਚ ਸਾਧੂ ਜਨ ਗੁਰਮੁਖ ਸਾਧ ਅਸਾਧ ਸਾਧ ਵਿਖਾਣੀ ਹੈ, ਜਿਨ੍ਹਾਂ ਨੇ ਸਤਿਗੁਰਾਂ ਦੇ ਉਪਦੇਸ਼ ਗੁਰੂ ਕੀ ਸਿੱਖਿਆ ਨੂੰ ਧਾਰਨ ਕਰਕੇ ਅਸਾਧ ਮਨ ਨੂੰ, ਅਸਾਧ ਵਿਸ਼ਿਆਂ ਵਿਕਾਰਾਂ ਨੂੰ, ਅਸਾਧ ਉਸਤਤ ਨਿੰਦਾ ਨੂੰ ਸਾਧ ਲਿਆ, ਉਹ ਭਾਉ ਭਗਤੀ ਦੀ ਸਾਧਨਾ ਕਰਨ ਵਾਲੇ ਮਨ ਨੂੰ ਸਾਧ ਲੈਣ ਵਾਲੇ ਗੁਰਮੁਖਾਂ ਨੂੰ ਸਾਧੂ ਕਿਹਾ ਜਾਂਦਾ ਹੈ। ਉਹਨਾਂ ਸਾਧ ਜਿਨ੍ਹਾਂ ਦੀ ਸੰਗਤ ਦਾ ਕਿੱਡਾ ਵੱਡਾ ਮਹੱਤਵ ਹੈ, ਕਿੱਡਾ ਵੱਡਾ ਫਲ ਹੈ, ਸੱਤਵੀਂ ਅਸ਼ਟਪਦੀ ਵਿੱਚ ਸਤਿਗੁਰੂ ਮਹਾਰਾਜ ਨੇ ਸਾਨੂੰ ਇਹ ਕਿਰਪਾ ਕਰਕੇ ਸਮਝਾਇਆ ਹੈ ਅਤੇ ਸਾਧੂ ਜਨਾਂ ਦੀ ਸੰਗਤ ਕਰਨ ਦੀ ਪ੍ਰੇਰਣਾ ਦਿੱਤੀ ਹੈ। ਹੁਣ ਜਿਹੜਾ ਕੋਈ ਸਾਧੂ ਗੁਰਮੁਖ ਪਿਆਰਾ ਮਨ ਦੀ ਸਾਧਨਾ ਕਰਨ ਵਾਲਾ ਹੈ, ਭਾਵ ਭਗਤੀ ਦੀ ਸਾਧਨਾ ਕਰਦਾ ਹੈ, ਉਹਦੇ ਉੱਪਰ ਵਾਹਿਗੁਰੂ ਦੀ ਬਖਸ਼ਿਸ਼ ਹੁੰਦਿਆਂ ਹੁੰਦਿਆਂ ਉਸ ਨੂੰ ਆਤਮਿਕ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਜਿਸ ਨੂੰ ਬ੍ਰਹਮ ਗਿਆਨ ਕਿਹਾ ਜਾਂਦਾ ਹੈ। ਉਹ ਜਿਹੜੀ ਬ੍ਰਹਮ ਗਿਆਨੀ ਦੀ ਅਵਸਥਾ ਹੈ ਉਹ ਅਗਲੀ ਅੱਠਵੀਂ ਅਸ਼ਟਪਦੀ ਵਿੱਚ ਸਤਿਗੁਰੂ ਜੀ ਉਚਾਰਨ ਕਰਦੇ ਨੇ, ਕਿਉਂਕਿ ਦੁਨੀਆਂ 'ਤੇ ਆਪਣੇ ਆਪ ਨੂੰ ਸਾਧੂ, ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਾਉਣ ਵਾਲੇ ਬਥੇਰੇ ਤੁਰੇ ਫਿਰਦੇ ਨੇ, ਪਰ ਅਸਲ ਬ੍ਰਹਮ ਗਿਆਨੀ ਕੌਣ ਹੈ? ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹੋ ਲੱਛਣ ਬ੍ਰਹਮ ਗਿਆਨੀ ਹੋਏ। ਜਿਸ ਦੇ ਮਨ ਵਿੱਚ ਵੀ ਉਹ ਸੱਚਾ ਵਾਹਿਗੁਰੂ ਸਿਮਰਨ ਰੂਪ ਕਰਕੇ ਵੱਸਦਾ ਹੈ, ਜਿਸ ਦੀ ਰਸਨਾ 'ਤੇ ਵੀ ਜਾਪ ਰੂਪ ਹੋ ਕੇ ਉਹ ਵਾਹਿਗੁਰੂ ਦਾ ਨਾਮ ਵੱਸ ਰਿਹਾ ਹੈ, ਸਾਰਿਆਂ ਵਿੱਚ ਇੱਕ ਪਰਮਾਤਮਾ ਦੀ ਜੋਤ ਨੂੰ ਜੋ ਤੱਕਦਾ ਹੈ, ਇੱਕ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਤੱਕਦਾ, ਇਹ ਲੱਛਣ ਇਹ ਚਿੰਨ੍ਹ ਹਨ ਬ੍ਰਹਮ ਗਿਆਨੀ ਦੇ, ਇਹ ਬ੍ਰਹਮ ਗਿਆਨੀ ਦੀਆਂ ਨਿਸ਼ਾਨੀਆਂ ਨੇ। ਉਹ ਬ੍ਰਹਮ ਗਿਆਨੀ ਦੀਆਂ ਨਿਸ਼ਾਨੀਆਂ, ਉਸ ਦੇ ਲੱਛਣ, ਬ੍ਰਹਮ ਗਿਆਨੀ ਦੀ ਵਡਿਆਈ, ਬ੍ਰਹਮ ਗਿਆਨੀ ਦੀ ਅਵਸਥਾ, ਇਹ ਸਤਿਗੁਰੂ ਗਰੀਬ ਨਿਵਾਸ ਜੀ ਨੇ ਅੱਠਵੀਂ ਅਸ਼ਟਪਦੀ ਦੇ ਵਿੱਚ ਕਿਰਪਾ ਕਰਕੇ ਉਚਾਰਨ ਕੀਤੀ ਹੈ। ਔਰ ਨੌਵੀਂ ਅਸ਼ਟਪਦੀ ਵਿੱਚ ਇਹ ਸਮਝਾਇਆ ਹੈ, ਜਿਵੇਂ ਦੁਨੀਆਂ 'ਤੇ ਵੱਖੋ ਵੱਖਰੇ ਕੋਈ ਧਾਰਮਿਕ ਫਿਰਕੇ ਬਣੇ ਜਾਂਦੇ ਨੇ, ਕੋਈ ਆਪਣੇ ਆਪ ਨੂੰ ਵੈਸਨੋ ਕਹਾਉਂਦਾ, ਕੋਈ ਅਪਰਸ ਕਹਾਉਂਦਾ ਹੈ, ਕੋਈ ਪੰਡਿਤ ਕਹਾਉਂਦਾ ਹੈ, ਸੋ ਇਸ ਪ੍ਰਕਾਰ ਵੱਖਰੇ ਵੱਖਰੇ ਜਿਹੜੇ ਨੇ ਇਹ ਫਿਰਕੇ ਮੰਨੇ ਗਏ। ਵਿਸ਼ਨੂੰ ਦੀ ਭਗਤੀ ਕਰਨ ਵਾਲੇ ਆਪਣੇ ਆਪ ਨੂੰ ਵੈਸਨੋ ਕਹਾਉਂਦੇ ਨੇ, ਵੇਦਾਂ ਸ਼ਾਸਤਰਾਂ ਦੀ ਵਿੱਦਿਆ ਨੂੰ ਧਾਰਨ ਕਰਨ ਵਾਲੇ ਆਪਣੇ ਆਪ ਨੂੰ ਪੰਡਿਤ ਕਹਾਉਂਦੇ ਨੇ, ਅਤੇ ਕਈ ਇਸ ਪ੍ਰਕਾਰ ਵੈਸ਼ਨੋ ਭਗਤੀ ਕਰਦਿਆਂ ਵੈਸ਼ਨਵ ਧਰਮ ਨਿਭਾਉਂਦਿਆਂ ਹੋਇਆਂ ਇੱਥੋਂ ਤੱਕ ਪਹੁੰਚਦੇ ਨੇ ਕਿ ਕਿਸੇ ਨਾਲ ਸਪਰਸ਼ ਨਹੀਂ ਕਰਨਾ, ਅਪਰਸ ਰਹਿਣਾ ਹੈ, ਕਿਸੇ ਨੂੰ ਨੇੜੇ ਨਹੀਂ ਲੱਗਣ ਦੇਣਾ। ਉਹ ਜਿਹੜੇ ਕਰਮ ਧਰਮ ਪਰਮਾਤਮਾ ਦੇ ਨਾਮ ਤੋਂ ਵੀ ਹੋਣੇ ਨੇ ਉਹਨਾਂ ਦਾ ਖੰਡਨ ਕਰਦਿਆਂ ਹੋਇਆਂ ਅਸਲੀ ਵੈਸ਼ਨੋ ਕੌਣ ਹੈ ਗੁਰਮਤ ਮੁਤਾਬਕ, ਅਸਲੀ ਅਪਰਸ ਕੌਣ ਹੈ, ਔਰ ਅਸਲੀ ਪੰਡਿਤ ਕੌਣ ਹੈ, ਅਸਲੀ ਭਗਉਤੀ ਕੌਣ ਹੈ। ਭਗਉਤੀਆਂ ਦਾ ਵੀ ਇੱਕ ਫਿਰਕਾ ਹੁੰਦਾ ਹੈ ਜਿਹੜੇ ਕਿ ਰਾਸਾਂ ਪਾਉਂਦੇ ਨੱਚਣ ਟੱਪਣ ਨੂੰ ਹੀ ਭਗਤੀ ਮੰਨਦੇ ਨੇ, ਅਸਲੀ ਭਗਉਤੀ ਕੌਣ ਨੇ ਗੁਰਮਤ ਮੁਤਾਬਕ। ਇਉਂ ਗੁਰੂ ਗਰੀਬ ਨਿਵਾਸ ਜੀ ਨੇ ਜਿਹੜੇ ਫੋਕਟ ਧਰਮ ਨੇ ਉਹਨਾਂ ਦਾ ਖੰਡਨ ਕਰਕੇ ਅਸਲੀ ਧਰਮ ਜਿਹੜਾ ਹੈ ਉਸ ਦੀ ਸਾਨੂੰ ਸਿੱਖਿਆ ਦਿੱਤੀ ਹੈ।
ਨਾਮ ਜਪਣ ਵਾਲਾ ਸਿਮਰਨ ਬੰਦਗੀ ਕਰਨ ਵਾਲਾ ਵਾਹਿਗੁਰੂ ਨੂੰ ਸਾਰਿਆਂ ਵਿੱਚ ਵੇਖਣ ਵਾਲਾ ਹੀ ਅਸਲੀ ਪੰਡਿਤ ਹੈ, ਅਸਲੀ ਭਗਉਤੀ ਹੈ, ਅਸਲੀ ਵੈਸ਼ਨੋ ਹੈ, ਅਸਲੀ ਅਪਰਸ ਹੈ। ਇਉਂ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਸਾਰੇ ਕਰਮ ਧਰਮ ਆ ਜਾਂਦੇ ਨੇ, ਬਾਕੀ ਹੋਰ ਕੁਝ ਕਰਨ ਦੀ ਜ਼ਰੂਰਤ ਵੱਖਰੀ ਨਹੀਂ ਰਹਿ ਜਾਂਦੀ। ਇਹ ਸਤਿਗੁਰੂ ਜੀ ਨੇ ਨਾਵੀਂ ਅਸਤਪਦੀ ਵਿੱਚ ਸਾਨੂੰ ਸਿਧਾਂਤ ਸਮਝਾਇਆ ਹੈ। ਫਿਰ ਉਹ ਵਾਹਿਗੁਰੂ ਦਾ ਵਿਰਾਟ ਸਰੂਪ ਹੈ, ਵਿਸ਼ਾਲ ਸਰੂਪ ਹੈ, ਅਤੇ ਤਕਰੀਬਨ ਜਦੋਂ ਬ੍ਰਹਮ ਦ੍ਰਿਸ਼ਟੀ ਆ ਜਾਵੇ ਤਾਂ ਉਸ ਵਕਤ ਐਸਾ ਅਨੁਭਵ ਹੁੰਦਾ ਹੈ, ਐਸੀ ਅਵਸਥਾ ਬਣ ਜਾਂਦੀ ਹੈ ਕਿ ਚਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੁਨ ਘਨ ਹਰ ਕੀ ਘੋਰ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸਾਰੇ ਪਰਮਾਤਮਾ ਦਾ ਨਾਮ ਜਪਦੇ ਹੀ ਸੁਣਾਈ ਦਿੰਦੇ ਨੇ, ਸਾਰੀਆਂ ਆਵਾਜ਼ਾਂ ਵਿੱਚੋਂ ਵਾਹਿਗੁਰੂ ਦਾ ਨਾਮ ਸੁਣਾਈ ਦਿੰਦਾ, ਅਤੇ ਉਸ ਬ੍ਰਹਮ ਦ੍ਰਿਸ਼ਟੀ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਹੀ ਸਾਰੇ ਸਿਫਤ ਸਲਾਹ ਕਰਦੇ ਨੇ। ਅਤੇ ਨਾਲ ਹੀ ਦਸਵੀਂ ਅਸ਼ਟਪਦੀ ਵਿੱਚ ਮਹਾਰਾਜ ਇਹ ਵੀ ਦਰਸਾਉਂਦੇ ਨੇ ਕਿ ਪਰਮਾਤਮਾ ਨੇ ਅਨੇਕ ਪ੍ਰਕਾਰ ਦੀ ਰਚਨਾ ਜਿਹੜੀ ਹੈ ਉਹ ਰਚੀ ਹੋਈ ਹੈ। 84 ਲੱਖ ਜੂਨਾਂ ਕਹੀਆਂ ਜਾਂਦੀਆਂ, ਇੱਕਸ ਇੱਕਸ ਜੂਨ ਵਿੱਚ ਜੀਵ ਜੰਤ ਅਣਗਣਤ ਅਪਾਰਾ, ਔਰ ਇੱਕ ਜੂਨ ਦੀ ਹੀ ਜੇ ਗੱਲ ਕਰ ਲਈਏ ਤਾਂ ਮਨੁੱਖਾ ਜੂਨ ਜਿਹੜੀ ਸਭ ਤੋਂ ਸ਼੍ਰੋਮਣੀ ਮੰਨੀ ਜਾਂਦੀ ਹੈ। ਇਹਦੇ ਵਿੱਚ ਵੀ ਕਈ ਸੁਭਾਵਾਂ ਵਾਲੇ ਪਰਮਾਤਮਾ ਨੇ ਜੀਵ ਪੈਦਾ ਕੀਤੇ ਨੇ, ਕਈ ਅਵਸਥਾਵਾਂ ਵਾਲੇ ਹਨ, ਕਈ ਹਾਲਾਤਾਂ ਵਾਲੇ ਹਨ। ਸੋ ਉਹ ਪਰਮਾਤਮਾ ਦੀ ਅਨੇਕ ਪ੍ਰਕਾਰ ਦੀ ਜਿਹੜੀ ਰਚਨਾ ਹੈ ਉਸ ਦਾ ਵਰਣਨ ਸਤਿਗੁਰੂ ਗਰੀਬ ਨਿਵਾਸ ਜੀ ਦਸਵੀਂ ਅਸ਼ਟਪਦੀ ਵਿੱਚ ਕਰਦੇ ਨੇ, ਅਤੇ ਰਚਣਹਾਰੇ ਵਾਹਿਗੁਰੂ ਤੋਂ ਬਲਿਹਾਰ ਜਾਣ ਦੀ ਸਾਨੂੰ ਪ੍ਰੇਰਣਾ ਦਿੰਦੇ, ਸਿੱਖਿਆ ਦਿੰਦੇ ਨੇ। ਔਰ ਉਹਨਾਂ ਦੇ ਵਿੱਚੋਂ ਜਿਹੜੇ ਪ੍ਰਭੂ ਦੇ ਦਾਸ ਪਰਮਾਤਮਾ ਦੇ ਸੇਵਕ ਬਣ ਗਏ ਉਹਨਾਂ ਦੇ ਹਿਰਦੇ ਵਿੱਚ ਆਤਮਿਕ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਔਰ ਜਿਹੜੇ ਇਉਂ ਸਾਸ ਉਸ ਪਰਮਾਤਮਾ ਨੂੰ ਚੇਤੇ ਕਰਦੇ ਨੇ ਉਹ ਪ੍ਰਭੂ ਦੇ ਪਿਆਰੇ ਬਣਦੇ ਹਨ, ਉਹਨਾਂ ਨੂੰ ਵਾਹਿਗੁਰੂ ਵੀ ਸਦਾ ਚੇਤੇ ਰੱਖਦਾ। ਇਹ ਸਿਧਾਂਤ ਦਸਵੀਂ ਅਸ਼ਟਪਦੀ ਦੇ ਵਿੱਚ ਸਤਿਗੁਰੂ ਗਰੀਬ ਨਿਵਾਸ ਜੀ ਨੇ ਸਮਝਾਇਆ ਹੈ। 11ਵੀਂ ਅਸ਼ਟਪਦੀ ਵਿੱਚ ਇਹ ਕਿਰਪਾ ਕੀਤੀ ਹੈ ਕਿ ਸਭ ਕੁਝ ਕਰਨ ਵਾਲਾ, ਕਰਨ ਕਰਾਉਣ ਵਾਲਾ, ਸਾਰੇ ਕਾਰਨਾਂ ਨੂੰ ਕਰਨ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਮਤਾਂ ਕਿਸੇ ਹੋਰ ਨੂੰ ਸਮਝੀਏ, ਮਤਾਂ ਆਪਣੇ ਆਪ ਨੂੰ ਸਮਝ ਲਈਏ ਕਿ ਮੈਂ ਕਰਦਾ ਹਾਂ, ਮੈਂ ਭੋਗਦਾ ਹਾਂ, ਜਾਂ ਕੋਈ ਹੋਰ ਕਰਨ ਵਾਲਾ ਹੈ, ਕੋਈ ਹੋਰ ਕਿਰਪਾ ਕਰੇਗਾ, ਹੋਰ ਬਖਸ਼ਿਸ਼ ਕਰੇਗਾ। ਨਹੀਂ ਭਾਈ, ਐਸਾ ਨਹੀਂ, ਸਭ ਕੁਝ ਕਰਨ ਕਰਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਉਹ ਆਪ ਹੀ ਹੈ। ਅਤੇ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਆਪਣੀ ਕੁਦਰਤ ਆਪਣੀ ਸ਼ਕਤੀ ਨਾਲ ਉਹ ਪਰਮਾਤਮਾ ਖਿਨ ਮਾਤਰ ਵਿੱਚ ਹੀ ਅਨੇਕਾਂ ਰੂਪ ਧਾਰਦਾ ਹੈ। ਕਦੇ ਉਹ ਪੰਡਿਤ ਹੋ ਕੇ ਵਿਖਿਆਨ ਕਰ ਰਿਹਾ ਹੈ, ਕਦੇ ਮੌਨਧਾਰੀ ਹੋ ਕੇ ਚੁੱਪ ਬੈਠਾ ਧਿਆਨ ਬਿਰਤੀ ਜੋੜੀ ਬੈਠਾ ਹੈ, ਭਾਵ ਕਿ ਸਾਰਿਆਂ ਵਿੱਚ ਰਵਿਆ ਹੋਇਆ ਉਹ ਵਾਹਿਗੁਰੂ ਹੀ ਆਪੇ ਸਾਰੀਆਂ ਖੇਡਾਂ ਕਰ ਰਿਹਾ ਹੈ। ਇਹ ਸਤਿਗੁਰੂ ਗਰੀਬ ਨਿਵਾਸ ਜੀ ਨੇ 11ਵੀਂ ਅਸ਼ਟਪਦੀ ਦੇ ਵਿੱਚ ਕਿਰਪਾ ਕੀਤੀ ਹੈ। 12ਵੀਂ ਅਸ਼ਟਪਦੀ ਵਿੱਚ ਸਮਝਾਇਆ ਹੈ ਕਿ ਉਸ ਪਰਮਾਤਮਾ ਦੀ ਜੇ ਬਖਸ਼ਿਸ਼ ਹਾਸਲ ਕਰਨੀ ਹੈ ਤਾਂ ਇਹ ਭਾਈ ਹੰਕਾਰ ਦਾ ਤਿਆਗ ਕਰਕੇ ਨਿਮਰਤਾ ਦਾ ਧਾਰਨੀ ਬਾਣ। ਹੰਕਾਰੀਆਂ ਦੀ ਹਾਲਤ ਬੁਰੀ, ਅਤੇ ਜਿਨ੍ਹਾਂ ਨੇ ਨਿਮਰਤਾ ਧਾਰਨ ਕੀਤੀ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣੇ ਨੇ। ਇਹ ਸਿੱਖਿਆ 12ਵੀਂ ਅਸ਼ਟਪਦੀ ਵਿੱਚ ਫਰਮਾਈ ਹੈ। 13ਵੀਂ ਅਸ਼ਟਪਦੀ ਵਿੱਚ ਐਸੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਹੰਕਾਰ ਨੂੰ ਛੱਡਿਆ, ਨਿਮਰਤਾ ਦੇ ਧਾਰਨੀ ਬਣੇ, ਜਿਨ੍ਹਾਂ ਦੀ ਆਤਮਾ ਸ਼ਾਂਤ ਹੋ ਗਈ, ਚਿੱਤ ਵਿੱਚ ਸ਼ਾਂਤੀ ਆ ਗਈ, ਉਹ ਸ਼ਾਂਤ ਚਿੱਤ ਆਤਮਾ ਵਾਲਿਆਂ ਨੂੰ ਸੰਤ ਕਿਹਾ ਜਾਂਦਾ। ਉਹਨਾਂ ਸੰਤਾਂ ਦੀ ਸ਼ਰਨ ਵਿੱਚ ਜਿਹੜਾ ਪੈਂਦਾ, ਜੋ ਉਹਨਾਂ ਦੀ ਸ਼ਰਧਾ ਭਾਵਨਾ ਨਾਲ ਸੰਗਤ ਕਰਦਾ, ਉਹਦਾ ਵੀ ਪਾਰ ਉਤਾਰਾ ਹੁੰਦਾ। ਪਰ ਜਿਹੜਾ ਸੰਤਾਂ ਦੀ ਨਿੰਦਾ ਕਰਦਾ ਹੈ, ਵਾਰ ਵਾਰ ਜੰਮਣ ਮਰਨ ਦੇ ਗੇੜੇ ਵਿੱਚ ਪੈਂਦਾ। ਸੰਤ ਕਾ ਨਿੰਦਕ, ਸੰਤ ਕਾ ਦੋਖੀ, ਉਹਨਾਂ ਦੀ ਕੀ ਹਾਲਤ ਹੁੰਦੀ ਹੈ? 13ਵੀਂ ਅਸ਼ਟਪਦੀ ਵਿੱਚ ਸਤਿਗੁਰੂ ਗਰੀਬ ਨਿਵਾਸ ਜੀ ਨੇ ਇਹ ਸਾਨੂੰ ਗਿਆਨ ਬਖਸ਼ਿਸ਼ ਕੀਤਾ ਹੈ, ਔਰ ਹਮੇਸ਼ਾ ਗੁਰੂ ਪਿਆਰਿਆਂ ਦੀ ਨਿੰਦਾ ਤੋਂ ਬਚ ਕੇ ਸਗੋਂ ਨਿਮਰਤਾ ਦੇ ਨਾਲ ਉਹਨਾਂ ਦੀ ਸੰਗਤ ਕਰਨ ਦੀ ਪ੍ਰੇਰਣਾ ਬਖਸ਼ਿਸ਼ ਕੀਤੀ ਹੈ। 14ਵੀਂ ਅਸ਼ਟਪਦੀ ਵਿੱਚ ਮਹਾਰਾਜ ਨੇ ਸਮਝਾਇਆ, ਭਾਈ ਆਪਣੀ ਬੁੱਧੀ ਦੀਆਂ ਸਿਆਣਪਾਂ, ਆਪਣੀਆਂ ਚਤੁਰਾਈਆਂ ਸਾਰੀਆਂ ਛੱਡ ਦਿਓ ਅਤੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ। ਉਸ ਇੱਕੋ ਇੱਕ ਪਰਮਾਤਮਾ ਦੀ ਆਸ ਆਪਣੇ ਮਨ ਵਿੱਚ ਰੱਖੋ, ਬਾਕੀ ਸਾਰੀਆਂ ਆਸਾਂ ਛੱਡ ਦਿਓ। ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ। ਮਨੁੱਖਾਂ ਦੀ ਆਸ, ਮਨੁੱਖਾਂ ਦਾ ਆਸਰਾ ਸਭ ਵਿਅਰਥ ਹੈ, ਸਭ ਕੁਝ ਦੇਣ ਵਾਲਾ ਉਹ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਸੋ ਇਉਂ ਮਨੁੱਖਾਂ ਦੀ ਪ੍ਰੀਤ ਛੱਡ ਕੇ, ਮਨੁੱਖਾਂ ਦੀ ਆਸ ਛੱਡ ਕੇ, ਦੇਵੀ ਦੇਵਤਿਆਂ ਦੀ ਆਸ ਨੂੰ ਤਿਆਗ ਕੇ ਇੱਕ ਵਾਹਿਗੁਰੂ ਕੀ ਆਸ ਰੱਖੋ, ਅਤੇ ਉਹ ਪਰਮਾਤਮਾ ਹੀ ਜਿਹੜਾ ਹੈ ਨਾ ਭਾਈ ਸਭ ਕੁਝ ਕਰਨ ਵਾਲਾ ਹੈ। ਸਿਆਣਪਾਂ ਚਤਰਾਈਆਂ ਅਕਲਾਂ ਨੂੰ ਛੱਡ ਕੇ ਇੱਕ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਸਦਾ ਸਦਾ ਵਾਸਤੇ ਪਏ ਰਹੋ।
ਉਹ ਵਾਹਿਗੁਰੂ ਹੀ ਮਹਾਰਾਜ ਅਗਲੀ ਅਸ਼ਟਪਦੀ ਵਿੱਚ ਫਰਮਾਉਂਦੇ ਨੇ ਕਿ ਸਰਬ ਕਲਾ ਪਰਿਪੂਰਨ ਹੈ, ਸਾਰੀਆਂ ਸ਼ਕਤੀਆਂ ਦੇ ਸਮੇਤ ਸਾਰੇ ਸੰਸਾਰ ਵਿੱਚ ਬ੍ਰਹਿਮੰਡਾਂ ਵਿੱਚ ਪਰਿਪੂਰਨ ਹੈ। ਉਹੀ ਤੇਰੇ ਹਿਰਦੇ ਦੀ ਵੇਦਨਾ ਨੂੰ ਤੇਰੀ ਪੀੜਾ ਨੂੰ ਜਾਣਨ ਵਾਲਾ ਹੈ, ਜਿਸ ਦਾ ਸਿਮਰਨ ਕਰਕੇ ਸੰਸਾਰ ਤੋਂ ਉਧਾਰ ਹੁੰਦਾ ਹੈ। ਭਾਈ ਉਸ ਵਾਹਿਗੁਰੂ ਤੋਂ ਸਦਾ ਬਲਿਹਾਰ ਜਾਈਏ। ਜੈਸਾ ਕਿ ਗੁਰਬਾਣੀ ਵਿੱਚ ਬਚਨ ਹੈ ਕਿ ਜੀ ਕੀ ਏਕੈ ਹੀ ਪਹਿਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ। ਇੱਕੋ ਦੇ ਕੋਲ ਹੀ ਬੇਨਤੀ ਮੰਨੀ ਜਾਂਦੀ ਹੈ, ਇੱਕੋ ਹੀ ਉਹ ਕਿਰਪਾ ਕਰਨ ਵਾਲਾ ਹੈ, ਉਹੀ ਬਖਸ਼ਿਸ਼ਾਂ ਕਰਨ ਵਾਲਾ ਹੈ, ਉਹੀ ਅੰਦਰ ਦੀ ਜਾਣਨ ਵਾਲਾ ਹੈ, ਉਹੀ ਦੁੱਖਾਂ ਨੂੰ ਮੇਟ ਕੇ ਸੁੱਖਾਂ ਦੀਆਂ ਦਾਤਾਂ ਬਖਸ਼ਿਸ਼ ਕਰਨ ਵਾਲਾ ਹੈ। ਉਸ ਵਾਹਿਗੁਰੂ ਤੋਂ ਸਦਾ ਬਲਿਹਾਰ ਕੁਰਬਾਨ ਜਾਈਏ ਅਤੇ ਦਿਨ ਰਾਤ ਉਸ ਪਰਮਾਤਮਾ ਦੇ ਨਾਮ ਨੂੰ ਜਪਦੇ ਰਹੀਏ। ਇਹ ਸਤਿਗੁਰਾਂ ਨੇ ਕਿਰਪਾ 15ਵੀਂ ਅਸ਼ਟਪਦੀ ਵਿੱਚ ਕੀਤੀ ਹੈ। 16ਵੀਂ ਅਸ਼ਟਪਦੀ ਵਿੱਚ ਉਸ ਪਰਮਾਤਮਾ ਦੇ ਸਰੂਪ ਬਾਰੇ ਸਮਝਾਇਆ ਹੈ ਕਿ ਉਹ ਪਰਮਾਤਮਾ ਨਿਰਾਕਾਰ ਸਰੂਪ ਹੈ, ਨਿਰੰਕਾਰ ਨਿਰਾਕਾਰ ਹੈ, ਉਹਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ। ਔਰ ਇਸੇ ਤਰ੍ਹਾਂ ਜੋ ਮਾਇਆ ਦੇ ਤਿੰਨ ਪ੍ਰਭਾਵ ਰਜੋ ਤਮੋ ਸਤੋ ਨੇ, ਉਹ ਇਹਨਾਂ ਤਿੰਨਾਂ ਦੇ ਵਿੱਚ ਨਹੀਂ, ਇਹਨਾਂ ਤੋਂ ਵੀ ਨਿਆਰਾ ਹੈ, ਅਤੇ ਆਪਣੇ ਆਪ ਦੇ ਸਰੂਪ ਦਾ ਗਿਆਨ ਉਹਨਾਂ ਨੂੰ ਬਖਸ਼ਿਸ਼ ਕਰਦਾ, ਉਹਨਾਂ ਨੂੰ ਸਮਝਾਉਂਦਾ ਹੈ ਜਿਨ੍ਹਾਂ ਦੇ ਉੱਪਰ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋ ਜਾਵੇ। ਕਿਵੇਂ ਉਹਦੇ ਸਰੂਪ ਨੂੰ ਬੁੱਝਿਆ ਜਾਵੇ, ਕਿਵੇਂ ਉਸਦੀ ਪ੍ਰਸੰਨਤਾ ਹਾਸਲ ਹੋਵੇ, ਇਹ ਸਤਿਗੁਰੂ ਜੀ ਨੇ 16ਵੀਂ ਅਸ਼ਟਪਦੀ ਵਿੱਚ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। 17ਵੀਂ ਅਸ਼ਟਪਦੀ ਵਿੱਚ ਆਰੰਭ ਵਿੱਚ ਸਲੋਕ ਰੱਖਦਿਆਂ ਸਮਝਾਇਆ ਕਿ ਉਹ ਪਰਮਾਤਮਾ ਆਰੰਭ ਵਿੱਚ ਵੀ, ਜਦੋਂ ਇਹ ਯੁੱਗ, ਇਹ ਸੰਸਾਰ, ਇਹ ਪ੍ਰਿਥਵੀ, ਆਕਾਸ਼, ਤਾਰੇ ਕੁਝ ਵੀ ਨਹੀਂ ਸੀ ਬਣਿਆ, ਉਦੋਂ ਵੀ ਸੱਚ ਸਰੂਪ ਸੀ। ਜਦੋਂ ਯੁੱਗਾਂ ਦਾ ਆਦਿ ਹੋਇਆ, ਸ੍ਰਿਸ਼ਟੀ ਦੀ ਰਚਨਾ ਆਰੰਭ ਹੋਈ ਹੈ, ਉਦੋਂ ਵੀ ਸੱਚ ਸਰੂਪ ਹੀ ਸੀ, ਅਤੇ ਹੁਣ ਵੀ ਸੱਚ ਸਰੂਪ ਹੈ, ਅਗਾਂਹ ਵੀ ਸੱਚ ਸਰੂਪ ਹੀ ਰਹੇਗਾ। ਇਉਂ ਪਰਮਾਤਮਾ ਸਰਬਦੇਸ਼ੀ ਹੈ ਅਤੇ ਸਰਬਕਾਲੀ ਹੈ, ਭਾਵ ਕਿ ਹਰੇਕ ਸਮੇਂ ਵਿੱਚ ਹੀ ਉਹ ਸੱਚ ਸਰੂਪ ਹੈ। ਉਸ ਸੱਚ ਸਰੂਪ ਦੇ ਨਾਲ ਹੀ ਸਦਾ ਸਦਾ ਵਾਸਤੇ ਜੁੜਨਾ ਕਰੀਏ। ਜਿਹੜਾ ਨਿਮਰਤਾ ਧਾਰਨ ਕਰਕੇ ਉਸ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੁੜਦਾ ਹੈ, ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲ ਕੇ ਉਸੇ ਦਾ ਰੂਪ ਹੋ ਜਾਂਦਾ, ਸੱਤ ਸਰੂਪ ਹੀ ਬਣ ਜਾਂਦਾ ਹੈ। ਉਸ ਪਰਮਾਤਮਾ ਨਾਲ ਜੁੜਨ ਵਾਸਤੇ ਗੁਰੂ ਕੇ ਲੜ ਲੱਗਣਾ ਬੜਾ ਲਾਜ਼ਮੀ ਹੈ। ਗੁਰੂ ਕੇ ਲੜ ਲੱਗਣ ਤੋਂ ਬਿਨਾਂ, ਗੁਰੂ ਵਾਲੇ ਬਣਨ ਤੋਂ ਬਿਨਾਂ, ਗੁਰੂ ਕੀ ਕਿਰਪਾ ਤੋਂ ਬਿਨਾਂ ਉਸ ਪਰਮਾਤਮਾ ਦੀ ਪ੍ਰਾਪਤੀ ਕਦਾਚਿਤ ਵੀ ਨਹੀਂ ਹੋ ਸਕਦੀ। ਇਸ ਲਈ ਅਗਲੀ 18ਵੀਂ ਅਸ਼ਟਪਦੀ ਵਿੱਚ ਮਹਾਰਾਜ ਗੁਰੂ ਕੀ ਮਹਾਨਤਾ ਦਰਸਾਉਂਦੇ ਨੇ ਅਤੇ ਗੁਰੂ ਦੀ ਸਿੱਖ ਦੇ ਉੱਪਰ ਕਿਰਪਾ ਦਾ ਵਰਣਨ ਕਰਦੇ ਨੇ ਕਿ ਜਿਹੜਾ ਸਿੱਖ ਗੁਰੂ ਕੇ ਲੜ ਲੱਗ ਜਾਂਦਾ, ਸਤਿਗੁਰੂ ਗਰੀਬ ਨਿਵਾਜ ਜੀ ਉਸ ਉੱਪਰ ਕੈਸੀਆਂ ਬਖਸ਼ਿਸ਼ਾਂ ਕਰਦੇ ਨੇ। ਇਉਂ ਪੂਰੀ 18ਵੀਂ ਅਸ਼ਟਪਦੀ ਵਿੱਚ ਗੁਰੂ ਕੀਆਂ ਸਿੱਖ ਦੇ ਉੱਪਰ ਬਖਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਹੋਇਆਂ ਗੁਰੂ ਕੇ ਲੜ ਲੱਗਣ ਦੀ ਪ੍ਰੇਰਣਾ ਸਤਿਗੁਰੂ ਗਰੀਬ ਨਿਵਾਜ ਜੀ ਨੇ ਕੀਤੀ ਹੈ। ਅੱਗੇ ਸਮਝਾਇਆ ਹੈ 19ਵੀਂ ਅਸ਼ਟਪਦੀ ਵਿੱਚ ਕਿ ਅਨੇਕਾਂ ਭਾਵੇਂ ਕਰਮ ਧਰਮ, ਅਨੇਕਾਂ ਸਾਧਨ ਕਰ ਲਈਏ, ਅਨੇਕਾਂ ਨੇਕੀਆਂ, ਅਨੇਕਾਂ ਚੰਗਿਆਈਆਂ, ਅਨੇਕਾਂ ਪੁੰਨ ਦਾਨ, ਪਰ ਵਾਹਿਗੁਰੂ ਦੇ ਸਿਮਰਨ ਭਜਨ ਤੋਂ ਬਿਨਾਂ ਕੁਝ ਵੀ ਨਾਲ ਨਹੀਂ ਚੱਲਦਾ। ਆਹ ਦੁਨੀਆਂ ਦੇ ਵਿਸ਼ੇ ਵਿਕਾਰ ਵੀ ਸੁਆਹ ਹੋ ਜਾਣ ਵਾਲੇ ਨੇ, ਮੋਹ ਮਾਇਆ ਖਤਮ ਹੋ ਜਾਣ ਵਾਲੀ ਹੈ। ਪਰਮਾਤਮਾ ਦਾ ਨਾਮ ਜਿਹੜਾ ਹੈ ਨਾ, ਨਾਮ ਦੀ ਕਮਾਈ, ਅਧਿਆਤਮਿਕ ਕਮਾਈ, ਇਹੀ ਸ੍ਰੇਸ਼ਠ ਧਨ ਹੈ, ਇਹੀ ਸਭ ਤੋਂ ਵੱਡੀ ਦੌਲਤ ਹੈ। ਇਹੀ ਦੌਲਤ ਜਿਹੜੀ ਹੈ ਇਹ ਨਾਲ ਚੱਲਣ ਵਾਲੀ ਹੈ। ਦੁਨੀਆਂ ਦਾ ਧਨ ਤਾਂ ਇੱਥੇ ਰਹਿ ਜਾਣ ਵਾਲਾ ਹੈ, ਨਾਮ ਰੂਪੀ ਧਨ ਲੋਕ ਪਰਲੋਕ ਨਾਲ ਨਿਭਣ ਵਾਲਾ ਹੈ। ਇਸ ਲਈ ਪ੍ਰੇਮੀਆਂ, ਨਾਮ ਰੂਪੀ ਧਨ ਨਾਲ ਆਪਣੀ ਸੁਰਤ ਨੂੰ ਜੋੜਨਾ ਕਰ ਅਤੇ ਗੁਰੂ ਕੇ ਚਰਣਾਂ ਵਿੱਚ ਆ ਕੇ ਬੇਨਤੀ ਕਰ। ਮਹਾਰਾਜ 84 ਲੱਖ ਜੂਨਾਂ ਵਿੱਚੋਂ ਫਿਰਦਾ ਫਿਰਦਾ, ਅਥਵਾ ਮਨੁੱਖਾ ਜੂਨ ਵਿੱਚ ਵੀ ਥਾਂ ਥਾਂ 'ਤੇ ਭਰਮਦਾ ਭਟਕਦਾ ਆ ਹੋਇਆ, ਮਹਾਰਾਜ ਹੁਣ ਆਪ ਜੀ ਦੀ ਸ਼ਰਨ ਵਿੱਚ ਪਿਆ ਹਾਂ। ਮੇਰੀ ਬੇਨਤੀ ਹੈ ਕਿ ਮੈਨੂੰ ਕਿਰਪਾ ਕਰਕੇ ਆਪਣੀ ਭਗਤੀ ਵਿੱਚ ਲਾ ਲਓ, ਆਪਣੇ ਸਿਮਰਨ ਦੀ ਦਾਤ ਬਖਸ਼ਿਸ਼ ਕਰੋ। 20ਵੀਂ ਅਸ਼ਟਪਦੀ ਵਿੱਚ ਮਹਾਰਾਜ ਨੇ ਸਾਨੂੰ ਇਹ ਬੇਨਤੀ ਕਰਨ ਵਾਸਤੇ ਸਿੱਖਿਆ ਦਿੱਤੀ ਹੈ ਕਿ ਇਹ ਅਰਦਾਸਾਂ, ਬੇਨਤੀਆਂ ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ ਕਰੋ। ਨਾਲ ਸਮਝਾਇਆ ਕਿ ਜਿਸ ਪਰਮਾਤਮਾ ਨੇ ਸਭ ਕੁਝ ਦਿੱਤਾ, ਜਿਸ ਨੇ ਅਨੇਕਾਂ ਬਖਸ਼ਿਸ਼ਾਂ ਕੀਤੀਆਂ, ਐ ਗੁਰੂ ਕਿਆ ਸਿੱਖਾ ਤੈਨੂੰ, ਉਹ ਰੱਬ, ਉਹ ਵਾਹਿਗੁਰੂ ਭਲਾ ਕਿਉਂ ਭੁੱਲੇ, ਕਿਉਂ ਨਾ ਤੂੰ ਹਰ ਵਕਤ ਉਹਦੀ ਯਾਦ ਵਿੱਚ ਜੁੜਿਆ ਰਹੇ। ਸਦਾ ਸਦਾ ਉਸ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਰਹੋ ਅਤੇ ਬੇਨਤੀਆਂ ਕਰਦਾ ਰਹੋ ਕਿ ਵਾਹਿਗੁਰੂ ਆਪ ਹੀ ਆਪਣੀ ਭਗਤੀ ਵਿੱਚ ਮੈਨੂੰ ਲਾ ਲਓ, ਆਪਣੀ ਭਗਤੀ, ਆਪਣੇ ਨਾਮ ਦਾ ਸਿਮਰਨ ਕਰਨ ਦਾ ਬਲ ਬਖਸ਼ਿਸ਼ ਕਰੋ। ਜਦੋਂ ਵਾਹਿਗੁਰੂ ਦੇ ਸਿਮਰਨ ਵਿੱਚ ਚਿੱਤ, ਸੁਰਤ, ਬਿਰਤੀ ਜੁੜ ਜਾਵੇ ਤਾਂ ਉਸ ਵਕਤ ਅਕਾਲ ਪੁਰਖ ਵਾਹਿਗੁਰੂ ਸਾਰੀਆਂ ਥਾਵਾਂ 'ਤੇ ਵਿਆਪਕ ਜਿਹੜਾ ਹੈ, ਉਹ ਉਸ ਵਾਹਿਗੁਰੂ ਦੀ ਆਪਣੀ ਕਿਰਪਾ ਦੇ ਨਾਲ, ਗੁਰੂ ਕੀ ਬਖਸ਼ਿਸ਼ ਨਾਲ ਨਜ਼ਰ ਆ ਜਾਂਦਾ, ਜਿਹੜਾ ਪਹਿਲਾਂ ਕਿਤੇ ਵੀ ਨਹੀਂ ਸੀ ਦਿਸ ਰਿਹਾ। ਮਹਾਰਾਜ ਫੁਰਮਾਨ ਕਰਦੇ ਨੇ
ਕਿ ਮਰਤ ਪਾਇਆਲ ਆਕਾਸ ਦਿਖਾਇਓ ਗੁਰ ਸਤਿਗੁਰ ਕਿਰਪਾ ਧਾਰੀ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਕਿ ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ ਸਾਰੀਆਂ ਥਾਵਾਂ 'ਤੇ ਵੱਸਦਾ ਹੋਇਆ ਉਹ ਪਰਮਾਤਮਾ ਜਿਹੜਾ ਸੀ ਦਿਖਾ ਦਿੱਤਾ। ਅਤੇ ਹੁਣ ਅਵਸਥਾ ਬਣ ਜਾਂਦੀ ਹੈ ਕਿ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਸਰਗੁਣ ਰੂਪ ਵੀ ਆਪ ਹੈ ਪ੍ਰਤੱਖ ਗੁਰੂ ਕੇ ਰੂਪ ਵਿੱਚ, ਅਤੇ ਨਿਰਾਕਾਰ ਨਿਰਗੁਣ ਰੂਪ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਜਗਤ ਦੇ ਧੰਦਿਆਂ ਵਿੱਚ ਲੱਗਿਆ ਆਪਣਾ ਸਿਮਰਨ ਕਰਨ ਕਰਾਉਣ ਵਾਲਾ ਵੀ ਆਪ ਹੈ, ਅਤੇ ਜਗਤ ਦੇ ਧੰਦਿਆਂ ਤੋਂ ਨਿਰਲੇਪ ਹੋ ਕੇ ਅਫੋਰ ਸਮਾਧੀ ਵਿੱਚ ਬੈਠਣ ਵਾਲਾ ਵੀ ਉਹ ਆਪੇ ਹੀ ਹੈ। ਜਿੱਥੇ ਕੁਝ ਵੀ ਨਹੀਂ ਉੱਥੇ ਉਹ ਵਾਹਿਗੁਰੂ ਹੈ, ਬਲਕਿ ਉਸ ਵਾਹਿਗੁਰੂ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ। ਜੋ ਦਿਸੈ ਸੋ ਤੇਰਾ ਰੂਪ, ਜੋ ਵੀ ਨਜ਼ਰ ਆਉਂਦਾ ਅਤੇ ਉਸ ਵਾਹਿਗੁਰੂ ਦਾ ਹੀ ਰੂਪ ਹੈ। ਇਹ ਬ੍ਰਹਮ ਦਿਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਆਂ ਵਾਲੀ ਜਿਹੜੀ ਅਵਸਥਾ ਹੈ, 21ਵੀਂ ਅਸ਼ਟਪਦੀ ਵਿੱਚ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ। ਅਤੇ 22ਵੀਂ ਅਸ਼ਟਪਦੀ ਵਿੱਚ ਇਹੋ ਹੀ ਸਿਧਾਂਤ ਅੱਗੇ ਮਹਾਰਾਜ ਨੇ ਫਿਰ ਹੋਰ ਵਿਸਥਾਰ ਨਾਲ ਦੱਸਿਆ ਕਿ ਸਾਰੇ ਜੀਵ ਜੰਤਾਂ ਦਾ ਮਾਲਕ ਉਹ ਆਪ ਹੈ, ਸਾਰਿਆਂ ਵਿੱਚ ਆਪ ਹੀ ਉਹ ਵਰਤ ਰਿਹਾ ਹੈ, ਇੱਕੋ ਹੀ ਫੈਲਿਆ ਹੋਇਆ ਹੈ, ਦੂਜਾ ਕੋਈ ਕਿੱਥੇ ਹੈ। ਜੋ ਕੁਝ ਹੈ ਉਹ ਪਰਮਾਤਮਾ ਆਪ ਹੀ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਪਰ ਇਹ ਤਾਂ ਹੀ ਭਾਈ ਸੋਝੀ ਮਿਲਦੀ ਹੈ ਨਾ, ਇਹ ਤਾਂ ਹੀ ਪਤਾ ਲੱਗਦਾ, ਤਾਂ ਹੀ ਐਸੀ ਸੁਰਤ ਬਣਦੀ ਹੈ ਜੇ ਸਾਡੇ ਹਿਰਦੇ ਵਿੱਚੋਂ ਅਗਿਆਨ ਦੇ ਪਰਦੇ ਨੂੰ ਖਤਮ ਕਰਕੇ, ਅਗਿਆਨ ਦੇ ਹਨੇਰੇ ਨੂੰ ਮੇਟ ਕੇ ਸਤਿਗੁਰੂ ਜੀ ਗਿਆਨ ਦਾ ਪ੍ਰਕਾਸ਼ ਕਰ ਦੇਣ, ਤਾਂ ਹੀ ਘੱਟ ਘੱਟ ਵਿੱਚ ਰਵਿਆ ਹੋਇਆ ਪਰਮਾਤਮਾ ਨਜ਼ਰੀ ਪਵੇਗਾ। ਸੋ ਇੱਥੇ ਗੁਰੂ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਸ ਗੁਰਸਿੱਖ ਨੂੰ ਗਿਆਨ ਰੂਪੀ ਸੁਰਮਾ ਸਤਿਗੁਰੂ ਗਰੀਬ ਨਿਵਾਸ ਜੀ ਨੇ ਬਖਸ਼ਿਸ਼ ਕਰ ਦਿੱਤਾ, ਉਹਦੇ ਹਿਰਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਜਿਹੜਾ ਉਹ ਨਾਸ ਹੋ ਗਿਆ, ਅਤੇ ਵਾਹਿਗੁਰੂ ਦੀ ਕਿਰਪਾ ਨਾਲ ਜਦੋਂ ਗੁਰੂ ਪ੍ਰਾਪਤ ਹੋਇਆ ਤਾਂ ਮਨ ਅੰਦਰ ਪ੍ਰਕਾਸ਼ ਹੋਇਆ, ਚਾਨਣਾ ਹੋਇਆ, ਖੇੜਾ ਆ ਗਿਆ। ਇਉਂ ਆਤਮਿਕ ਗਿਆਨ ਦੀ ਪ੍ਰਾਪਤੀ ਗੁਰੂ ਕੋਲੋਂ ਹੁੰਦੀ ਹੈ, ਗੁਰੂ ਦੀ ਪ੍ਰਾਪਤੀ ਵਾਹਿਗੁਰੂ ਦੀ ਪ੍ਰਸੰਨਤਾ ਕਿਰਪਾ ਦੇ ਨਾਲ ਹੀ ਹੁੰਦੀ ਹੈ। ਪਰਮਾਤਮਾ ਜਦੋਂ ਆਪਣੀ ਮਿਹਰ ਕਰੇ ਤਾਂ ਸੱਚਾ ਗੁਰੂ ਮਿਲਦਾ ਹੈ, ਸੱਚੇ ਗੁਰੂ ਕੇ ਲੜ ਲੱਗ ਜਾਈਏ, ਗੁਰੂ ਕਿਰਪਾ ਕਰੇ ਤਾਂ ਵਾਹਿਗੁਰੂ ਦਾ ਮਿਲਾਪ ਹੁੰਦਾ ਹੈ। ਇਹ ਸਾਰਾ ਸਿਧਾਂਤ ਸਤਿਗੁਰੂ ਜੀ ਨੇ 23ਵੀਂ ਅਸ਼ਟਪਦੀ ਵਿੱਚ ਕਿਰਪਾ ਕੀਤੀ ਹੈ। ਔਰ ਫਿਰ ਜਦੋਂ ਪੂਰੇ ਗੁਰੂ ਕੇ ਲੜ ਲੱਗ ਕੇ ਪੂਰਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਅਰਾਧਨਾ ਕੀਤੀ, ਜਿਸ ਦਾ ਨਾਮ ਵੀ ਪੂਰਾ ਹੈ, ਤਦੋਂ ਉਸ ਪੂਰੇ ਦੇ ਗੁਣ ਗਾਉਂਦਿਆਂ ਗਾਉਂਦਿਆਂ ਪੂਰੇ ਪਰਮਾਤਮਾ ਨੂੰ ਪਾ ਲਈਦਾ, ਵਾਹਿਗੁਰੂ ਦੀ ਪ੍ਰਾਪਤੀ ਕਰ ਲਈਦੀ ਹੈ। ਪੂਰੇ ਗੁਰੂ ਕਾ ਉਪਦੇਸ਼ ਸੁਣਿਆ, ਉਸ ਨੂੰ ਹਿਰਦੇ ਵਿੱਚ ਵਸਾਇਆ, ਉਹਦਾ ਪਾਲਣ ਕੀਤਾ, ਤਾਂ ਪਾਰ ਬ੍ਰਹਮ ਪਰਮਾਤਮਾ ਨੂੰ ਆਪਣੇ ਨੇੜੇ ਵੱਸਦਾ ਹੋਇਆ ਦੇਖ ਲਿਆ, ਵਾਹਿਗੁਰੂ ਦੇ ਦਰਸ਼ਨ ਹੋ ਗਏ। ਇਉਂ ਪੂਰਨ ਪਰਮਾਤਮਾ ਦਾ ਗੁਣ ਗਾਉਂਦਿਆਂ ਗਾਉਂਦਿਆਂ ਉਸ ਪੂਰੇ ਦਾ ਰੂਪ ਹੀ ਹੋ ਗਏ। ਇਹ ਮਹਾਨ ਗੁਰੂ ਕੀ ਕਿਰਪਾ ਦਾ ਵਰਣਨ ਅਖੀਰਲੀ 24ਵੀਂ ਅਸ਼ਟਪਦੀ ਵਿੱਚ ਸਤਿਗੁਰੂ ਜੀ ਨੇ ਕਰਦਿਆਂ ਹੋਇਆਂ, ਜਿੱਥੇ ਪਹਿਲੀ ਅਸ਼ਟਪਦੀ ਤੋਂ ਉਸ ਦੇ ਸਿਮਰਨ ਦੀ ਆਰੰਭਤਾ ਕਰਨ ਦੀ ਹਿਦਾਇਤ ਕੀਤੀ, ਉੱਥੇ ਇਉਂ ਪਖੰਡਾਂ ਦਾ ਤਿਆਗ, ਸ਼ੁਭ ਗੁਣਾਂ ਦੇ ਧਾਰਨੀ, ਸਾਧੂ ਜਨਾਂ ਦੀ ਸੰਗਤ, ਗੁਰਮੁਖਾਂ ਦਾ ਮਿਲਾਪ, ਔਗੁਣਾਂ ਦਾ ਤਿਆਗ, ਇਹ ਸਾਰੇ ਸਿਧਾਂਤ ਦਰਸਾਉਂਦਿਆਂ ਪੂਰਨ ਪਰਮਾਤਮਾ ਦੀ ਪ੍ਰਾਪਤੀ ਕਰਕੇ ਪੂਰੇ ਨੂੰ ਪਾ ਲੈਣ ਦੀ ਜਿਹੜੀ ਅਵਸਥਾ ਹੈ, ਉਹ ਸਤਿਗੁਰੂ ਗਰੀਬ ਨਿਵਾਸ ਜੀ ਨੇ ਕਿਰਪਾ ਕੀਤੀ ਹੈ। ਅਤੇ ਅਖੀਰ ਵਿੱਚ ਅੰਮ੍ਰਿਤ ਰੂਪ ਗੁਰਬਾਣੀ ਸੁਖਮਨੀ ਸਾਹਿਬ ਦਾ ਜਿਹੜਾ ਮਹੱਤਮ ਹੈ, ਆਪਣੀ ਰਸਨਾ ਤੋਂ ਉਚਾਰਨ ਕੀਤਾ ਕਿ ਸਭ 'ਤੇ ਊਚ ਤਾਂ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਨੀ। ਸਭ ਤੋਂ ਉੱਚੀ ਸੋਭਾ ਉਸ ਦੀ ਬਣ ਆਈ ਹੈ ਜਿਸ ਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵੱਸ ਗਿਆ। ਜਿਸ ਮਨ ਵਸੈ ਸੁਨੈ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਿਸ ਦੇ ਮਨ ਵਿੱਚ ਵਸਿਆ, ਜੋ ਪ੍ਰੀਤੀ ਲਾ ਕੇ ਸੁਣਦਾ, ਉਹਨੂੰ ਹਰੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਨਿੱਤ ਚੇਤੇ ਆਉਂਦਾ, ਉਹਦਾ ਜਨਮ ਮਰਨ ਦਾ ਦੁੱਖ ਨਿਵਿਰਤ ਹੋ ਜਾਂਦਾ, ਖਤਮ ਹੋ ਜਾਂਦਾ ਹੈ, ਦੁਰਲੱਭ ਮਨੁੱਖਾ ਦੇਹੀ ਦਾ ਤੁਰਤ ਹੀ ਪਾਰ ਉਤਾਰਾ ਹੋ ਜਾਂਦਾ ਹੈ। ਉਸ ਗੁਰਮੁਖ ਪਿਆਰੇ ਦੀ ਉੱਜਲ ਸੋਭਾ ਦੋਹੀਂ ਜਹਾਨੀ ਹੁੰਦੀ ਹੈ, ਉਹਦੇ ਬਚਨ ਵੀ ਅੰਮ੍ਰਿਤ ਰਸ ਦੇ ਭਰੇ ਹੋ ਜਾਂਦੇ ਨੇ, ਇੱਕ ਨਾਮ ਹੀ ਉਸ ਦੇ ਮਨ ਵਿੱਚ ਹਮੇਸ਼ਾ ਸਮਾਇਆ ਰਹਿੰਦਾ ਹੈ, ਸਾਰੇ ਦੁੱਖ, ਸਾਰੇ ਰੋਗ, ਸਾਰੇ ਭੈ ਡਰ ਅਤੇ ਸਾਰੇ ਭਰਮ ਉਹਦੇ ਨਾਸ ਹੋ ਗਏ, ਉਹਦਾ ਨਾਮ ਸਾਧ ਹੈ, ਔਰ ਉਸ ਦੇ ਸਾਰੇ ਕਰਮ ਕਰਤੱਵ ਸਾਰੇ ਉੱਜਲ ਨੇ, ਸ਼ੁੱਧ ਨੇ ਅਤੇ ਨਿਰਮਲ ਨੇ। ਇਉਂ ਜਿਹੜਾ ਪ੍ਰਭੂ ਦੇ ਸਿਮਰਨ ਵਿੱਚ ਜੁੜਿਆ ਹੈ, ਉਸ ਦੀ ਸੋਭਾ ਲੋਕ ਪਰਲੋਕ ਵਿੱਚ ਸਭ ਤੋਂ ਉੱਚੀ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਭਾਈ, ਇਸ ਬਾਣੀ ਦੀ ਕਮਾਈ ਕਰਨ ਤੋਂ, ਇਸ ਬਾਣੀ ਦਾ ਪਾਠ ਕਰਨ ਤੋਂ, ਇਸ ਬਾਣੀ ਵਿੱਚ ਬਖਸ਼ਿਸ਼ ਕੀਤੇ ਸਿਧਾਂਤ ਦੇ ਧਾਰਨੀ ਬਣਨ ਤੋਂ ਇਹ ਕਿਰਪਾ ਪ੍ਰਾਪਤ ਹੁੰਦੀ ਹੈ।
ਇਹ ਗੁਣ ਇਸ ਬਾਣੀ ਦਾ ਇਹ ਗੁਣ ਹੈ ਇਹ ਉਪਕਾਰ ਹੈ ਇਹ ਵਿਸ਼ੇਸ਼ਤਾ ਹੈ ਇੰਨੀ ਕਿਰਪਾ ਇਸ ਬਾਣੀ ਰਾਹੀਂ ਹੁੰਦੀ ਹੈ ਤਾਂ ਹੀ ਕਰਕੇ ਨਾਮ ਸੁਖਮਨੀ ਇਸ ਬਾਣੀ ਦਾ ਨਾਮ ਸੁਖਮਨੀ ਸਾਹਿਬ ਹੈ ਸੁਖਾਂ ਨੂੰ ਮਨਾਂ ਨੂੰ ਸੁੱਖ ਦੇਣ ਵਾਲੀ ਮਨਾਂ ਨੂੰ ਹੀ ਬਹੁਤ ਜ਼ਿਆਦਾ ਸੁੱਖ ਦੇਣ ਵਾਲੀ ਇਹ ਅੰਮ੍ਰਿਤ ਰੂਪ ਗੁਰਬਾਣੀ ਹੈ ਇਹ ਸਿਧਾਂਤ ਸੁਖਮਨੀ ਸਾਹਿਬ ਜੀ ਦੀਆਂ 24 ਅਸ਼ਟਪਦੀਆਂ ਵਿੱਚ ਸਤਿਗੁਰੂ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਅੰਮ੍ਰਿਤ ਰੂਪ ਗੁਰਬਾਣੀ ਦਾ ਪਾਠ ਕਰਦਾ ਹੈ ਗੁਰ ਇਤਿਹਾਸ ਵਿੱਚ ਗੁਰੂ ਕੇ ਬਚਨ ਆਉਂਦੇ ਕਿ ਉਹਦੇ ਜਨਮ ਮਰਨ ਦੇ ਗੇੜੇ ਦੂਰ ਹੋ ਜਾਂਦੇ ਨੇ ਦੁੱਖ ਦਰਦ ਮਿਟ ਜਾਂਦੇ ਨੇ ਵਾਹਿਗੁਰੂ ਨਾਲ ਪ੍ਰੀਤ ਜੁੜ ਜਾਂਦੀ ਹੈ ਅਤੇ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਅਖੀਰ ਉਹ ਗੁਰੂ ਕਾ ਪਿਆਰਾ ਵਾਹਿਗੁਰੂ ਵਿੱਚ ਜਾ ਸਮਾਉਂਦਾ ਹੈ ਐਸੀ ਮਹਾਨਤਾ ਇਸ ਅੰਮ੍ਰਿਤ ਰੂਪ ਬਾਣੀ ਦੀ ਹੈ ਤਕਰੀਬਨ 24,000 ਸਵਾਸ ਅੱਠਾਂ ਪੈਰਾਂ ਦੇ ਕਹੇ ਜਾਂਦੇ ਨੇ ਔਰ ਇਉਂ ਤਕਰੀਬਨ 24,000 ਅੱਖਰ ਇਸ ਅੰਮ੍ਰਿਤ ਰੂਪ ਗੁਰਬਾਣੀ ਦੇ ਨੇ ਇਉਂ ਸੁਬਾਹ ਦੇ ਵਕਤ ਇੱਕ ਵਾਰ ਅੰਮ੍ਰਿਤ ਰੂਪ ਗੁਰਬਾਣੀ ਦਾ ਪਾਠ ਕਰ ਲਿਆ ਇਤਿਹਾਸ ਵਿੱਚ ਇਹ ਵੀ ਬਚਨ ਆਉਂਦੇ ਨੇ ਕਿ ਜਿਹੜਾ ਸਵੇਰੇ ਇੱਕ ਵਾਰ ਵੀ ਸ਼ਰਧਾ ਭਾਵਨਾ ਨਾਲ ਇਹ ਸੁਖਮਨੀ ਸਾਹਿਬ ਕਰ ਲਵੇ ਜਿਹੜੇ ਪਿਛਲੇ ਦਿਨ ਦੇ ਕਮਾਏ ਹੋਏ ਸਾਰੇ ਅੱਠਾਂ ਪੈਰਾਂ ਦੇ ਪਾਪ ਸਨ ਜਾਣੇ ਅਣਜਾਣੇ ਵਿੱਚ ਕੀਤੇ ਉਹ ਸਾਰੇ ਮਿਟ ਜਾਂਦੇ ਨੇ ਸਾਰੇ ਖਤਮ ਹੋ ਜਾਂਦੇ ਨੇ ਐਡਾ ਵੱਡਾ ਮਹਾਤਮ ਇਸ ਅੰਮ੍ਰਿਤ ਰੂਪ ਬਾਣੀ ਦਾ ਹੈ ਸੋ ਸੰਥਿਆ ਕਰਦਿਆਂ ਹੋਇਆਂ ਸਤਿਗੁਰਾਂ ਦੀ ਕਿਰਪਾ ਦੇ ਨਾਲ 22 ਅਸ਼ਟਪਦੀਆਂ ਤੱਕ ਕੱਲ੍ਹ ਆਪਾਂ ਪਾਠ ਕੱਲ੍ਹ ਤੱਕ ਕੀਤਾ ਸੀ 2 ਅਸ਼ਟਪਦੀਆਂ 23 ਅਤੇ 24ਵੀਂ ਇਹ ਰਹਿੰਦੀਆਂ ਨੇ ਸੋ ਇਹ ਪਾਠ ਹੁਣ ਗੁਰੂ ਕੀ ਕਿਰਪਾ ਨਾਲ ਆਪਾਂ ਕਰਨਾ ਗੁਰਮੁਖ ਪਿਆਰੇ ਭਾਈ ਅਮਰਿੰਦਰ ਸਿੰਘ ਜੀ ਪਾਠ ਆਰੰਭ ਕਰ ਰਹੇ ਨੇ ਆਪਾਂ ਧਿਆਨ ਨਾਲ ਅੰਮ੍ਰਿਤ ਰੂਪ ਗੁਰਬਾਣੀ ਨੂੰ ਸਰਵਣ ਕਰੀਏ ਅਤੇ ਜੋ ਸਾਡੇ ਉਚਾਰਣ ਵਿੱਚ ਕੋਈ ਅਸ਼ੁੱਧੀਆਂ ਪੱਕ ਚੁੱਕੀਆਂ ਹੋਣ ਉਹਨਾਂ ਨੂੰ ਦੂਰ ਕਰਨ ਦਾ ਆਪਾਂ ਯਤਨ ਕਰੀਏ ਬੜੇ ਧਿਆਨ ਦੇ ਨਾਲ ਬੜੀ ਸਾਵਧਾਨੀ ਨਾਲ ਅੰਮ੍ਰਿਤ ਰੂਪ ਗੁਰਬਾਣੀ ਆਪਾਂ ਪੜ੍ਹ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕਸ ਘਟ ਮਾਹੇ ਸਗਲ ਸਮਿਗਰੀ ਇਹ ਮੰਮੇ ਅੱਖਰ ਨੂੰ ਸਤਿਗੁਰੂ ਜੀ ਨੇ ਸਿਹਾਰੀ ਦਿੱਤੀ ਹੈ ਇਹ ਸਮਿਗਰੀ ਬੋਲਣਾ ਸਮੱਗਰੀ ਨਹੀਂ ਬੋਲਣਾ ਇੱਥੇ ਆਪਣੀ ਮਤ ਨਹੀਂ ਮੁੱਖ ਰੱਖਣੀ ਤਜੋ ਸਿਆਣਪ ਸੁਰ ਜਨਹੋ ਸਿਮਰੋ ਹਰ ਹਰ ਰਾਏ ਆਪਣੀਆਂ ਸਿਆਣਪਾਂ ਨੂੰ ਛੱਡਣਾ ਇਹ ਨਹੀਂ ਖਿਆਲ ਕਰਨਾ ਕਿ ਭਾਸ਼ਾ ਵਿੱਚ ਸ਼ੁੱਧ ਅੱਖਰ ਤਾਂ ਸਮੱਗਰੀ ਹੁੰਦਾ ਕਿਤੇ ਇਹ ਸਿਹਾਰੀ ਵਾਧੂ ਨਾ ਲੱਗੀ ਹੋਵੇ ਨਹੀਂ ਇਹ ਖਿਆਲ ਬਿਲਕੁਲ ਨਹੀਂ ਕਰਨਾ ਜਿਵੇਂ ਸਤਿਗੁਰਾਂ ਨੇ ਲਿਖਿਆ ਉਸੇ ਤਰ੍ਹਾਂ ਪੜ੍ਹਨਾ ਹੈ ਸਗਲ ਸਮਿਗਰੀ ਏਕਸ ਘਟ ਮਾਹੇ ਅਨੇਕ ਰੰਗ ਨਾਨਾ ਦ੍ਰਿਸ਼ਟਾ ਹੈ ਨਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਬਿਸਰਾਮ ਸੁਨ ਸਮਾਧ ਅਨਹਤ ਤਹਿ ਨਾਦ ਕਹਨ ਨ ਜਾਈ ਅਚਰਜ ਬਿਸਮਾਦ ਅਚਰਜ ਹੀ ਪਾਠ ਕਰਨਾ ਹੈ ਅਚਰਜ ਨਹੀਂ ਬੋਲਣਾ ਕਹਿਣ ਨਾ ਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਾਟ ਘਾਟ ਵਿਆਪ ਰਹਿਆ ਭਗਵੰਤ ਘਾਟ ਘਾਟ ਵਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ ਪਿਆਲ ਪਿਆਲ ਨਹੀਂ ਬੋਲਣਾ ਪੱਪੇ ਸਿਹਾਰੀ ਐੜੇ ਕੰਨਾਂ ਲੱਲਾ ਪਿਆਲ ਬਣੇਗਾ ਪਰ ਉਹਦਾ ਅਰਥ ਕੁਝ ਵੀ ਨਹੀਂ ਬਣਨਾ ਪੱਪਾ ਈੜੀ ਸਿਹਾਰੀ ਪਏ ਐੜੇ ਕੰਨਾਂ ਲੱਲਾ ਆਲ ਪਿਆਲ ਪਿਆਲ ਦਾ ਅਰਥ ਹੈ ਪਤਾਲ ਧਰਤੀ ਤੋਂ ਹੇਠਲੀ ਧਰਤੀ ਇਉਂ ਪਿਆਲ ਉਚਾਰਨ ਕਰਨਾ ਧਰਨ ਮਾਹੇ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਪ੍ਰਤਪਾਲ ਪ੍ਰੇਤਪਾਲ ਨਹੀਂ ਬੋਲਣਾ ਪ੍ਰਤਪਾਲ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਹਿ ਸੰਤਰ ਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋ ਠਾਉ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਨ ਸਿਮ੍ਰਿਤ ਮਹਿ ਦੇਖ ਸਸੀਅਰ ਸੂਰ ਨਖਿਅਤਰ ਮਹਿ ਏਕ ਨਖਿਅਤਰ ਇਹ ਪਹਿਲਾਂ ਵੀ ਪਿੱਛੇ ਵੀ ਇਹ ਅੱਖਰ ਆਇਆ ਹੈ ਉਦੋਂ ਵੀ ਬੇਨਤੀ ਕੀਤੀ ਸੀ ਨਖਿਅਤਰ ਖੱਖੇ ਨੂੰ ਥੋੜ੍ਹਾ ਜਿਹਾ ਸਿਹਾਰੀ ਦਾ ਪ੍ਰਭਾਵ ਦੇ ਕੇ
ਅਤੇ ਅੱਗੇ ਵਿੱਚ ਐੜੇ ਦਾ ਪ੍ਰਭਾਵ ਦੇ ਕੇ ਖੱਖੇ ਤੋਂ ਅੱਗੇ ਸਸੀਅਰ ਸੂਰ ਨਖਿੱਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ ਅਡੋਲ ਅੱਖਰ 'ਤੇ ਵਿਸਰਾਮ ਦੇ ਕੇ ਪੰਗਤੀ ਪੜ੍ਹਨੀ ਆਪ ਅਡੋਲ ਨਾ ਕਬਹੂ ਡੋਲੈ ਸਰਬ ਕਲਾਕਾਰ ਖੇਲੈ ਖੇਲ ਮੋਲ ਨਾ ਪਾਈਐ ਗੁਣ ਹੈ ਅਮੋਲ ਸਭ ਜੋਤ ਮਹਿ ਜਾ ਕੀ ਜੋਤ ਧਾਰ ਰਹਿਓ ਸੁਆਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿੰਨ ਮਹਿ ਏਹੋ ਬਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨਹੇ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਭੀ ਓਹੀ ਨਾਨਕ ਦਰਸਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਉਤਪਤ ਪੱਪੇ ਅੱਖਰ 'ਤੇ ਵਜ਼ਨ ਨਹੀਂ ਦੇਣਾ ਉਤਪਤ ਨਹੀਂ ਕਰਨਾ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ ਅਨੇਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਬੁਝਾਏ ਜਿਵੇਂ ਬੋਲਿਆ ਗਿਆ ਹੈ ਕੱਸ ਕੇ ਭਾਰਾ ਕਰਕੇ ਬੋਲਣਾ ਬੱਬੇ 'ਤੇ ਵਜ਼ਨ ਦੇ ਕੇ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਨ ਆਪ ਪੇਖਨ ਹਾਰਾ ਸਗਲ ਸਮੱਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਨਾ ਆਵਨ ਜਾਨ ਇੱਕ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮੱਧ ਅਲਿਪਤੋ ਰਹਿ ਮੱਧ ਅੱਖਰ 'ਤੇ ਵਿਸਰਾਮ ਦੇ ਕੇ ਸਭ ਕੈ ਮੱਧ ਅਲਿਪਤੋ ਰਹਿ ਸਾਰਿਆਂ ਦੇ ਵਿੱਚ ਵੀ ਹੈ ਪਰ ਸਭ ਤੋਂ ਫਿਰ ਵੀ ਨਿਰਲੇਪ ਹੀ ਰਹਿੰਦਾ ਸਭ ਕੈ ਮੱਧ ਅਲਿਪਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹਿ ਅਲਿਪਤ ਅਲਿਪਤ ਭਾਵ ਜਿਸ ਨੂੰ ਲਿਪਾਈ ਮਾਨਗੀ ਨਹੀਂ ਅਤੇ ਤੱਤੇ ਨੂੰ ਹੋੜਾ ਲੱਗਾ ਹੈ ਅਲਿਪਤੋ ਇਹਨੂੰ ਅਲਪਤੋ ਕਰਕੇ ਨਾ ਬੋਲਣਾ ਸਭ ਕੈ ਮੱਧ ਅਲਿਪਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਓਰੈ ਕਹਾਉ ਕਿਨੈ ਕਾਸ਼ ਕਰਾ ਆਪ ਭਲਾ ਓਰੈ ਇਹ ਓਰੈ ਪਾਠ ਹੈ ਊੜੇ ਹੋਰੇ ਦੇ ਨਾਲ ਅਤੇ ਰਾਰੇ ਦੁਲਾਵਾਂ ਕਈ ਇੱਥੇ ਬੋਲ ਜਾਂਦੇ ਨੇ ਔਰੈ ਔਰੈ ਜਿਹੜਾ ਉਹ ਐੜੇ ਨੂੰ ਕਨੌੜੇ ਦੇ ਨਾਲ ਬਣਦਾ ਅਤੇ ਔਰੈ ਦਾ ਭਾਵ ਹੈ ਕੋਈ ਹੋਰ ਔਰੈ ਕਹੋ ਕਿਨੈ ਕਸ਼ ਕਰਾ ਹਾਂਜੀ ਆਪ ਭਲਾ ਕਰਤੂਤ ਅਤ ਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਨ ਸੰਗ ਰਾਚ ਤਾ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸ ਕਾ ਕੀਆ ਸਭ ਪਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਲਏ ਆਪ ਮਿਲਾਏ ਲਏ ਪ੍ਰਭ ਸੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ 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 ਜਾਣਿਆ ਜਿਸ ਪ੍ਰਸਾਦ ਸਭ ਜਗਤ ਤਰਾਇਆ
ਜਨ ਆਵਨ ਕਾ ਇਹੈ ਸੁਆਉ ਜਨ ਕੈ ਸੰਗ ਚਿੱਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗ ਹੋ ਤਰੰਗ ਅਨਿਤ ਆਸ ਅਨਿਤ ਤਿਆਗ ਹੋ ਤਰੰਗ ਇਹ ਅਨਿਤ ਪਾਠ ਨਹੀਂ ਕਰਨਾ ਕਈ ਇੱਥੇ ਅਨਿਤ ਬੋਲ ਜਾਂਦੇ ਨੇ ਕਿ ਹੋਰ ਆਸਾਂ ਭਾਵ ਅਨਿਤ ਤੋਂ ਭਾਵ ਹੈ ਜੋ ਪਦਾਰਥ ਨਿਤ ਨਹੀਂ ਰਹਿਣ ਵਾਲੇ ਨਾਸਵੰਤ ਨਾਸਵੰਤ ਪਦਾਰਥਾਂ ਦੀਆਂ ਜਿਹੜੀਆਂ ਆਸਾਂ ਨੇ ਅਤੇ ਮਨ ਦੀਆਂ ਤਰੰਗਾਂ ਨੇ ਇਹਨਾਂ ਨੂੰ ਤਿਆਗੋ ਇਉਂ ਅਨਿਤ ਪਾਠ ਕਰਨਾ ਹੈ ਅਨਿਤ ਨਹੀਂ ਆਸ ਅਨਿਤ ਤਿਆਗ ਹੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਕਰੋ ਤਰੋ ਇੱਦਾਂ ਉਚਾਰਨ ਨਹੀਂ ਕਰਨਾ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਭਰ ਲੇ ਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਭਜ ਭੱਬੇ ਦਾ ਪੋਲਾ ਉਚਾਰਨ ਕਰਨਾ ਅਧਿਕ ਲਾ ਕੇ ਭੱਜ ਨਹੀਂ ਕਰਨਾ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰ ਹੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵਹੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਇਆਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀਵ ਕਾ ਇਹੈ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮੂਲੀਕ ਲਾਲ ਇਹੋ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕ ਹੈ ਨਿਸਤਾਰ ਸਫਲ ਜੀਵਨ ਸਫਲ ਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸਬਦ ਅਨਾਹਦ ਵਾਜੈ ਸੁਨ ਸੁਨ ਅਨਦ ਕਰੇ ਪ੍ਰਭ ਗਾਜੈ ਸੁਨ ਸੁਨ ਅਨਦ ਕਰੇ ਆਨੰਦ ਕਰੇ ਨਹੀਂ ਬੋਲਣਾ ਨੰਨੇ ਅੱਖਰ 'ਤੇ ਟਿੱਪੀ ਨਹੀਂ ਸੁਨ ਸੁਨ ਅਨਦ ਕਰੇ ਪ੍ਰਭ ਗਾਜੈ ਇਉਂ ਕਰੇ ਅਤੇ ਵਿਸਰਾਮ ਦੇਣਾ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਕੈ ਕੱਕੇ ਨੂੰ ਦੁਲਾਵਾਂ ਮਾਥੇ ਇਹ ਕਲਾਮ ਇਹ ਖਿਆਲ ਰੱਖਣਾ ਪ੍ਰਗਟੇ ਗੋਪਾਲ ਗੱਗੇ ਨੂੰ ਔਂਕੜ ਹੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਧਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਨੀ ਆਏ ਸੁਨ ਤੇ ਵਿਸਰਾਮ ਸਰਨ ਜੋਗ ਸੁਨ ਸਰਨੀ ਆਏ ਆਮ ਹੀ ਸੰਗਤਾਂ ਦੇ ਮੂੰਹੋਂ ਇਹ ਵਿਸਰਾਮ ਗਲਤ ਸੁਣੀ ਦੇ ਨੇ ਸਰਨ ਜੋਗ ਸੁਨ ਸਰਨੀ ਆਏ ਇੱਦਾਂ ਨਹੀਂ ਪੜ੍ਹਨਾ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਸੇਵਕ ਵੱਖਰਾ ਕੀ ਵੱਖਰਾ ਬੋਲ ਕੇ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬੇਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਹਾਂ ਸੁਨ ਤੇ ਵਿਸਰਾਮ ਇਹ ਆਵੇਗਾ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਪ੍ਰਸ਼ਾਦ ਨਹੀਂ ਬੋਲਣਾ ਕਿਤੇ ਵੀ ਪੈਰ ਬਿੰਦੀ ਗੁਰਬਾਣੀ ਵਿੱਚ ਨਹੀਂ ਬੋਲਣੀ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
ਜਿਸ ਮਨ ਬਸੈ ਸੋ ਹੋਤ ਨਿਧਾਨ, ਸਰਬ ਇੱਛਾ ਤਾ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਊਚ ਪਾਏ ਅਸਥਾਨ, ਬਾਹੁਰ ਨਾ ਹੋਵੈ ਆਵਨ ਜਾਨ, ਹਰ ਧਨ ਖਾਟ ਚੱਲੈ ਜਨ ਸੋਏ। ਹਾਂਜੀ, ਇਹ ਧਨ ਤੇ ਵਿਸਰਾਮ ਆਇਆ, ਹਰ ਧਨ ਖਾਟ ਚੱਲੈ ਜਨ ਸੋਏ। ਨਾਨਕ ਜਿਸਹੇ ਪ੍ਰਾਪਤ ਹੋਏ, ਖੇਮ ਸਾਂਤ ਰਿੱਧ ਨਵ ਨਿਧ, ਬੁੱਧ ਗਿਆਨ ਸਰਬ ਤਹਿ ਸਿੱਧ, ਵਿੱਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਠ ਊਤਮ ਇਸਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮੱਧ ਸਗਲ ਤੇ ਉਦਾਸ, ਸੁੰਦਰ ਚਤੁਰ ਤੱਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰ ਨਾਨਕ ਨਾਮ ਬਚਨ ਮਨ ਸੁਨੇ, ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮਹਿ ਤਾ ਕੀ ਗਤ ਹੋਏ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮ੍ਰਿਤ ਸ਼ਾਸਤਰ ਵੇਦ ਬਖਾਣੀ। ਇੱਥੇ ਸੰਗਤਾਂ ਆਮ ਹੀ ਸਿਮ੍ਰਿਤ ਬੋਲ ਜਾਂਦੀਆਂ ਨੇ, ਸਿਮ੍ਰਿਤ ਸ਼ਾਸਤਰ, ਪਰ ਆਪਾਂ ਦਰਸ਼ਨ ਕਰ ਰਹੇ ਹਾਂ, ਸੱਸੇ ਅੱਖਰ 'ਤੇ ਟਿੱਪੀ ਨਹੀਂ ਹੈ, ਸੋ ਇਸ ਵਾਸਤੇ ਸਿਮ੍ਰਿਤ ਨਹੀਂ ਬੋਲਣਾ। ਸਿਮ੍ਰਿਤ ਪੋਲਾ ਜਿਹਾ ਉਚਾਰਨ ਕਰਨਾ, ਟਿੱਪੀ ਤੋਂ ਬਿਨਾਂ, ਬਿੰਦੀ ਤੋਂ ਬਿਨਾਂ, ਨੱਕ ਵਿੱਚ ਆਵਾਜ਼ ਨਹੀਂ ਲਿਆਉਣੀ। ਸਿਮ੍ਰਿਤ ਸ਼ਾਸਤਰ ਵੇਦ ਬਖਾਣੀ, ਸਿਮ੍ਰਿਤ ਸ਼ਾਸਤਰ ਵੇਦ ਬਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਵਿਸਰਾਮ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁੱਟੈ, ਜਾ ਕੈ ਮਸਤਕ ਕਰਮ ਪ੍ਰਭ ਪਾਏ। ਇਸ ਪੰਗਤੀ ਨੂੰ ਜਦੋਂ ਸੰਗਤਾਂ ਗਾ ਕੇ ਬੋਲਦੀਆਂ ਨੇ ਤਰੰਨਮ ਦੇ ਵਿੱਚ, ਤਾਂ ਇੱਕ ਕੱਕਾ ਜਿਹੜਾ ਉਹ ਆਮ ਛੱਡ ਹੀ ਦਿੱਤਾ ਜਾਂਦਾ, ਜਾ ਕੈ ਮਸਤ ਕਰਮ ਪ੍ਰਭ ਪਾਏ, ਇਸ ਤਰ੍ਹਾਂ ਹੀ ਬੋਲਦੇ ਨੇ ਨਾ, ਮਸਤ ਕਰਮ, ਉਹ ਇੱਕ ਕੱਕਾ ਖਤਮ ਹੀ ਕਰ ਦਿੱਤਾ। ਨਹੀਂ, ਜਾ ਕੇ ਮਸਤਕ ਪੂਰਾ ਬੋਲਣਾ, ਅਤੇ ਅਗਲਾ ਕੱਕਾ ਨਖੇੜ ਕੇ ਬੋਲਣਾ, ਜਾ ਕੇ ਮਸਤਕ ਕਰਮ ਪ੍ਰਭ ਪਾਏ, ਮਸਤਕ 'ਤੇ ਵਿਸ਼ਰਾਮ ਦੇਣਾ, ਜਾ ਕੇ ਮਸਤਕ ਕਰਮ ਪ੍ਰਭ ਪਾਏ। ਸਾਧ ਸਰਣ ਨਾਨਕ ਤੇ ਆਏ, ਜਿਸ ਮਨ ਬਸੈ ਸੁਣੈ ਲਾਏ ਪ੍ਰੀਤ। ਹਾਂ, ਬਸੈ 'ਤੇ ਵਿਸ਼ਰਾਮ ਹੈ, ਜਿਸ ਮਨ ਬਸੈ ਸੁਣੈ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਜਨਮ ਮਰਨ ਤਾ ਕਾ ਦੁਖ ਨਿਵਾਰੈ, ਦੁਰਲੱਭ ਦੇਹ ਤਤਕਾਲ ਉਧਾਰੈ, ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ। ਬਾਣੀ ਬੋਲਣਾ, ਬਾਨੀ ਨਹੀਂ ਬੋਲਣਾ, ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ, ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ। ਹਾਂ, ਇਹ ਸਮਾਨੀ, ਇਹ ਥੋੜ੍ਹਾ ਕੱਸ ਕੇ, ਏਕ ਨਾਮ ਮਨ ਮਾਹੇ ਸਮਾਨੀ। ਦੁੱਖ ਰੋਗ ਬਿਨਸੇ ਭੈ ਭਰਮ, ਸਾਧ ਨਾਮ ਨਿਰਮਲ ਤਾ ਕੇ ਕਰਮ। ਭੈ ਦੀ ਜਗ੍ਹਾ 'ਤੇ ਵੀ ਆਮ ਤੌਰ 'ਤੇ ਭੈ ਬੋਲ ਜਾਂਦੇ ਨੇ, ਬਿਨਸੇ ਭੈ ਭਰਮ, ਇੱਦਾਂ ਨਹੀਂ, ਭੈ ਭੱਬੇ ਨੂੰ ਦੁਲਾਵਾਂ, ਭੈ ਦੁੱਖ ਰੋਗ ਬਿਨਸੇ ਭੈ ਭਰਮ, ਸਾਧ ਨਾਮ ਨਿਰਮਲ ਤਾ ਕੇ ਕਰਮ। ਸਭ ਤੇ ਊਚ ਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਨੀ। ਸਭ ਤੇ ਊਚ ਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।